हे गाइस वेलकम बैक टू कैनकास्ट आज ਦੇ ਪੋਡਕਾਸਟ ਵਿੱਚ ਅਪਰ ਸਿੱਖੀਜ਼ਮ ਦੇ ਬਾਰੇ ਇਨ ਡੈਪਥ ਨੌਲੇਜ ਦਿੱਤੀ ਆ ਬਹੁਤ ਹੀ ਨੋਲੇਜੇਬਲ ਕਨਵਰਸੇਸ਼ਨ ਆ ਵਾਚ ਦੀ ਫੁੱਲ ਪੋਡਕਾਸਟ ਥਿਸ ਇਜ਼ ਕੈਨਕਾਸਟ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਹੋਰ ਤੁਸੀਂ ਦੱਸੋ ਠੀਕ ਠਾਕ ਹੋ ਹਾਂਜੀ ਸਭ ਠੀਕ ਤੁਸੀਂ ਕਿਵੇਂ ਹੋ ਬਹੁਤ ਵਧੀਆ ਗਿਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹੀ ਪੁੱਛੂੰਗਾ ਕਿ ਸਿੱਖੀ ਕੀ ਆ ਜੇ ਤੁਸੀਂ ਕਿਸੇ ਨਿਆਣੇ ਨੂੰ ਸਮਝਾਉਣਾ ਹੋਵੇ ਜਿਵੇਂ ਮੈਂ ਆ ਮੈਨੂੰ ਇੰਨੀ ਨੌਲੇਜ ਨਹੀਂ ਆ ਹਾਂਜੀ ਤੇ ਕੀ ਐ ਸਿੱਖੀ ਤੁਹਾਡੇ ਮੁਤਾਬਕ ਸਿੱਖੀ ਦਾ ਮਤਲਬ ਤੇ ਇਹ ਹੋਈ ਐ ਵੀ ਸਿੱਖਣਾ ਆਪਾਂ ਜਿਹੜਾ ਬੰਦਾ ਸਿੱਖਦਾ ਹੈ ਹਨਾ ਕਿਸੇ ਵੀ ਚੀਜ਼ ਤੋਂ ਲਾ ਲੋ ਉਹ ਸਿੱਖਿਆ ਇਹਦੇ ਵਿੱਚ ਜਿੱਦਾਂ ਹੁਣ ਕਈ ਰਹਿਤ ਨੇ ਮਰਿਆਦਾ ਨੇ ਹਨਾ ਜੀ ਦਾ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਤੋਂ ਚੱਲਿਆ ਹੈ ਪੰਥ ਹਾਂਜੀ ਉਹ ਦਸਮ ਪਾਸ਼ਾ ਤੱਕ ਆ ਕੇ ਮਤਲਬ ਕਿ ਉਹ ਚੀਜ਼ਾਂ ਟਾਈਮ ਨਾਲ ਬਦਲਦੀਆਂ ਰਹੀਆਂ ਪਰ ਮੇਨ ਇਹੀ ਐ ਵੀ ਸਿੱਖੋ ਹਰ ਧਰਮ ਦਾ ਸਤਿਕਾਰ ਕਰੋ ਜਿੱਥੇ ਜ਼ੁਲਮ ਹੁੰਦਾ ਹੈ ਉੱਥੇ ਤੁਸੀਂ ਸਹਾਇਤਾ ਕਰੋ ਤੇ ਤਾਂ ਹੀ ਉਹ ਮਾਰੇ ਨੇ ਕਿਰਪਾਨ ਵੀ ਦਿੱਤੀ ਹੈ ਗੁਰੂ ਗੋਬਿੰਦ ਸਿੰਘ ਮਹਾਰੇ ਨੇ ਆਪਣੀ ਤੇ ਦੂਜਿਆਂ ਦੀ ਰੱਖਿਆ ਕਰੋ ਠੀਕ ਹੈ ਜੀ ਮਾਰੇ ਜਿੱਥੇ ਹੁੰਦਾ ਉਹ ਤੇ ਖੜੋ ਤੁਸੀਂ ਹਾਂਜੀ ਇਨਸਾਨੀਅਤ ਹੋਣੀ ਚਾਹੀਦੀ ਵਧੀਆ ਤੇ ਤਾਂ ਹੀ ਉਹ ਲੰਗਰ ਲਾਉਂਦੇ ਨੇ ਸਿੰਘ ਇਹ ਏਕਤਾ ਦਾ ਪ੍ਰਤੀਕ ਲਾ ਲੋ ਤੁਸੀਂ ਵੀ ਵੰਡ ਕੇ ਖਾਣਾ ਚਾਹੀਦਾ ਸਿੱਖਾਂ ਦਾ ਇਹ ਕੰਮ ਵੰਡ ਕੇ ਛਕਦੇ ਨੇ ਹਾਂਜੀ ਉਹਨਾਂ ਕੀ ਪਿਆਰ ਵਾਧਾ ਮੁਹਬਤ ਵਾਦੀ ਸਤਿਕਾਰ ਕਰਨਾ ਚਾਹੀਦਾ ਸਿੱਖੀ ਦਾ ਇਹ ਹੀ ਮੇਨ ਹੈ ਜੀ ਆਪਾਂ ਅੰਮ੍ਰਿਤ ਛਕਦੇ ਆ ਉਹ ਕੀ ਰਿਪਰੈਜ਼ੈਂਟ ਕਰਦਾ ਹੈ ਅਮ੍ਰਿਤ ਝਕਨਾ ਜਿੱਦਾਂ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹਾਂਜੀ ਮਤਲਬ ਕਿ ਪੰਥ ਸਾਹਿਬ ਦਾ ਖਾਲਸਾ ਨਾ ਕਿਉਂਕਿ ਪਹਿਲੋਂ ਜਿਹੜੇ ਤੁਸੀਂ ਦੇਖੋ ਜਿਹੜੇ ਮੁਸਲਮਾਨ ਸੀਗੇ ਉਹ ਵੀ ਪੱਗ ਬੰਨਦੇ ਹੁੰਦੇ ਸੀ ਹਾਂਜੀ ਹਾਂਜੀ ਠੀਕ ਹੈ ਜੀ ਉਹ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਹੋਈ ਤੇ ਉਦੋਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋ ਸਿੰਘ ਆਏ ਤੇ ਉਹਨਾਂ ਨੇ ਪੁੱਛਿਆ ਕਿ ਉੱਥੇ ਕਿਸੇ ਸਿੱਖ ਨੇ ਗਾੜੀ ਆ ਕੇ ਮਤਲਬ ਗੱਲ ਨਹੀਂ ਕੀਤੀ ਕਿਸੇ ਨੇ ਵਾਹੀ ਨਹੀਂ ਠਾਈ ਤੇ ਉਹਨਾਂ ਨੇ ਕਿਹਾ ਵੀ ਮਾਰੇ ਉਥੇ ਪਛਾਨ ਨਹੀਂ ਹੋਈ ਤੇ ਫਿਰ ਉਹਦੋਂ ਗੁਰੂ ਗੋਬਿੰਦ ਸਿੰਘ ਮਾਰੇ ਨੇ ਕਿਹਾ ਵੀ ਹੁਣ ਲੱਖਾਂ ਵਿੱਚੋਂ ਸਿੱਖ ਪਛਾਨਿਆ ਜਾਵੇਗਾ। ਉਹਦੋਂ ਫਿਰ ਮਾਰੇ ਨੇ ਪੰਜ ਸੀਸ ਲਏ। ਉਹਨਾਂ ਨੂੰ ਫਿਰ ਅੰਮ੍ਰਿਤ ਛਕਾਇਆ ਤੇ ਉਹ ਤੋਂ ਫਿਰ ਇਹ ਰਹਿਤ ਚੱਲੀ। ਉਹਦੇ ਵਿੱਚ ਇਹ ਹੁੰਦਾ ਜੀ ਕੇਸ ਨਹੀਂ ਕਟਾਉਣੇ। ਹਾਂਜੀ। ਤੇ ਆਪਣੇ ਸਰੀਰ ਦਾ ਕੋਈ ਰੋਮ ਨਹੀਂ ਕਤਲ ਕਰ ਸਕਦੇ, ਤੋੜ ਨਹੀਂ ਸਕਦੇ। ਇਹਨਾਂ ਨੂੰ ਰੰਗ ਨਹੀਂ ਸਕਦੇ। ਜਿੱਦਾਂ ਇਹ ਕੁਦਰਤ ਨੇ ਤੁਹਾਨੂੰ ਦਿੱਤੇ ਨੇ ਉਦਾਂ ਹੀ ਰਹਿਣੇ ਚਾਹੀਦੇ। ਇਹਦੇ ਵਿੱਚ ਜਿੱਦਾਂ ਕਸ਼ਹਿਰਾ ਹੁੰਦਾ ਹੈ ਉਹਦਾ ਮਤਲਬ ਜੱਤ ਸਾਦੀ ਨਿਸ਼ਾਨੀ ਕਾਮ ਤੋਂ ਬਚੋ ਕੜਾ ਆ ਨਾ ਇੱਕ ਆਕਾਰ ਚ ਆ ਜਾਂਦਾ ਹੈ ਫੇਰ ਇਹਦਾ ਭਈ ਹੁੰਦਾ ਵੀ ਤੁਸੀਂ ਪ੍ਰਤੀਕ ਇਸ ਖਤ ਨਾਲ ਗਲਤ ਕੰਮ ਨਹੀਂ ਕਰਨਾ ਹੂੰ ਠੀਕ ਹੈ ਜੀ ਇਦਾਂ ਕੰਗੇ ਹੁੰਦੇ ਨੇ ਆਪਣੇ ਕੇਸਾਂ ਵਿੱਚ ਚਲਾਈਦੇ ਨੇ ਵੀ ਕੇਸ ਕੰਗਾ ਕਰਨ ਨੂੰ ਹਾਂਜੀ ਤੇ ਨਿਆਂ ਸਿੰਘ ਪੰਜ ਕਲਾ ਵੀ ਲਾਉਂਦੇ ਨੇ ਅੰਦਰ ਪੰਜ ਸ਼ਸਤਰ ਹੁੰਦੇ ਨੇ ਉਹ ਵੀ ਲਾਉਂਦੇ ਨੇ ਤੇ ਇਦਾਂ ਹੈ ਜੀ ਫਿਰ ਮਾਰੇ ਨੇ ਅਮਰੇ ਸ਼ਿਕਾਇਤ ਉਹ ਰਹਿਤ ਬਣ ਗਈ ਵੀ ਹੁਣ ਇਦਾਂ ਹੀ ਸਿੱਖ ਨਹੀਂ ਚੱਲਣਾ ਇਹਨਾਂ ਪੰਜ ਕਕਾਰ ਨੇ ਇਹਨਾਂ ਦੇ ਧਾਰਨੀ ਹੋਣਾ ਹਰ ਇੱਕ ਸਿੰਘ ਨੇ ਜਿਹੜਾ ਵੀ ਸਿੱਖਾਂ ਘਰੇ ਜਨਮ ਜਿਹਦਾ ਹੋ ਗਿਆ ਹਾਂਜੀ ਉਹਨੂੰ ਅੰਮ੍ਰਿਤ ਛਕਣਾ ਲਾਜ਼ਮੀ ਹੈ ਤੇ ਇਹ ਬਾਅਦ ਚੋ ਟਾਈਮ ਟੂ ਟਾਈਮ ਪਰੰਪਰਾ ਚੇਂਜ ਕਿੱਦਾਂ ਹੋ ਗਈ ਜਿਵੇਂ ਹੁਣ ਮੋਸਟਲੀ ਲੋਕੀ ਮੈਂ ਵੇਖਦਾ ਹਾਂ ਜਦੋਂ ਫੋਰਨ ਕੰਟਰੀਜ਼ ਚ ਜਾਂਦੇ ਨੇ ਆਪਣੇ ਕੇਸ ਕਟਾ ਲੈਂਦੇ ਨੇ ਰਾਈਟ ਹਾਂਜੀ ਤੇ ਬਹੁਤ ਘੱਟ ਅੱਜਕੱਲ ਮਤਲਬ ਦੱਸਦੇ ਆਪਣੇ ਨਿਆਣੇ ਨੂੰ ਕਿ ਹਾਂ ਤੁਹਾਡੀ ਇਹ ਹਿਸਟਰੀ ਹੈ ਹਾਂਜੀ ਤੁਸੀਂ ਅੱਗੇ ਇਦਾਂ ਰਹਿਣਾ ਹੈ ਹਾਂਜੀ ਬਹੁਤ ਘੱਟ ਕਿਉਂਕਿ ਉਹਨਾਂ ਨੂੰ ਆਪ ਨੂੰ ਅੱਜਕੱਲ ਨੌਲੇਜ ਨਹੀਂ ਹੋएगी ਹਾਂਜੀ ਮੋਸਟਲੀ ਲੋਕਾਂ ਨੂੰ ਮੈਂ ਕੜੇ ਦਾ ਪੁੱਛ ਲੂੰਗਾ ਆਪਣੇ ਕਈ ਫਰੈਂਡਸ ਨੂੰ ਜਿਹੜੇ ਸਿੱਖ ਨੇ ਉਹਨਾਂ ਨੂੰ ਮੋਸਟ ਲਾਈਕਲੀ ਮੈਨੂੰ ਲੱਗਦਾ ਨਹੀਂ ਪਤਾ ਹੁਣ ਜਿਹੜਾ ਤੁਸੀਂ ਦੱਸਿਆ ਹਾਂਜੀ ਇਹ ਕਿਉਂ ਮਤਲਬ ਟਾਈਮ ਟੂ ਟਾਈਮ ਕਿਉਂ ਚੇਂਜ ਹੋਇਆ ਇਹ ਦੇਖੋ ਜੀ ਪਹਿਲਾਂ ਤੇ ਹਰ ਇੱਕ ਪਰਿਵਾਰ 'ਚ ਇਦਾਂ ਹੁੰਦਾ ਸੀਗਾ ਕਿ ਉਹਨੂੰ ਗੁਰਬਾਣੀ ਸਿਖਾਈ ਜਾਂਦੀ ਸੀ ਹੂੰ ਉਹਨੂੰ ਊੜਾ ਜਿਹੜਾ ਸਿਖਾਇਆ ਜਾਂਦਾ ਹੈ ਨਾ ਜਿਹੜੇ ਊੜਾ ਜਿਹੜਾ ਇਹੋ ਹੀ ਗੁਰਬਾਣੀ ਹੈ ਇਤੋਂ ਹੀ ਸਾਰੀ ਗੁਰਬਾਣੀ ਲਿਖੀ ਗਈ ਤੇ ਅਭਿਆਸ ਕਰਾਉਂਦੇ ਸੀ ਗੁਰੂ ਮਹਾਰਾਜ ਦਾ ਇਤਿਹਾਸ ਦੱਸਦੇ ਸੀ ਹੁਣ ਕੀ ਹੋ ਗਿਆ ਵੀ ਹੁਣ ਜਿਹੜੀ ਮੈਂ ਚੀਜ਼ ਦੇਖੀ ਆ ਆਪਾਂ ਵੀ ਇਸੇ ਦੌਰ ਤੋਂ ਨਿਕਲੇ ਆ ਹਾਂਜੀ ਤੇ ਆਪਣੀ ਜਿਹੜੇ ਮੇਨਨ ਘਰ ਦੇ ਉਹਨਾਂ ਤੋਂ ਵੱਡੇ ਉਹਨਾਂ ਤੋਂ ਵੱਡੇ ਲਾਲੂ ਕਿਤੇ ਨਾ ਕਿਤੇ ਉਹ ਕੰਮਾਂ ਵਿੱਚ ਬਿਜੀ ਹੋ ਗਏ ਪੈਸੇ ਵਾਲੇ ਪਾਸੇ ਹੂੰ ਤੇ ਜਿੱਦਾਂ ਆਮ ਬੱਚੇ ਨੂੰ ਉਹਨਾਂ ਦੇ ਘਰ ਦੇ ਪਹਿਲੋਂ ਕਹਿ ਦਿੰਦੇ ਨੇ ਵੀ ਤੂੰ ਜਲਦੀ-ਜਲਦੀ ਬਾਰਾਂ ਕਰ ਲੈ ਫਿਰ ਹਾਈਲਾਈਟਸ ਕਰਨੀ ਆਪਾਂ ਹਾਂਜੀ ਤੇ ਤੂੰ ਬਾਹਰ ਜਾਣਾ ਕੈਨੇਡਾ ਨਾ ਤੇਰੇ ਚਾਚੇ ਦਾ ਮੁੰਡਾ ਚਲ ਗਿਆ ਤੇਰੇ ਫੁੱਫੜ ਦਾ ਚਲ ਗਿਆ ਬਲਕਿ ਕੀ ਪਤਾ ਉਹ ਬੱਚਾ ਜਿਹੜਾ ਪੜ੍ਹਾਈ ਚ ਬਹੁਤ ਹੁਸ਼ਿਆਰ ਹੋਵੇ ਬੱਚੀ ਬਹੁਤ ਹੁਸ਼ਿਆਰ ਹੋਵੇ ਉਹ ਉੱਥੇ ਪੜ੍ਹ ਕੇ ਕੁਝ ਵਧੀਆ ਕਰ ਸਕਦੀ ਹਾਂ ਤੇ ਉਹਨੂੰ ਮਤਲਬ ਕਿ ਇੰਨਾ ਫੋਰਸ ਕਰਕੇ ਇੱਧਰ ਭੇਜ ਦਿੱਤਾ ਜਾਂਦਾ ਤੇ ਇੱਧਰ ਉਹ ਧੱਕੇ ਹੀ ਖਾਂਦੇ ਨੇ ਹਨਾ ਦਿਮਾਗ ਚ ਪਾ ਦਿੰਦੇ ਨੇ ਦਿਮਾਗ ਚ ਪਾ ਦਿੰਦੇ ਨੇ ਤੇ ਗੱਲ ਇਹ ਆ ਇਸ ਕਰਕੇ ਉਹ ਮਾਡਰਨ ਬਣ ਜਾਂਦੇ ਨੇ ਜਦੋਂ ਇੱਧਰ ਆਉਂਦੇ ਨੇ ਤੁਸੀਂ ਵੀ ਆਇਓ ਮੈਂ ਵੀ ਆਇਆ ਇਦਾਂ ਟਾਈਮ ਇਦਾਂ ਸਾਰਾ ਸਿਸਟਮ ਅਲੱਗ ਆ ਇਦਾਂ ਜੋ ਮੈਂ ਵੇਖਿਆ ਸਭ ਤੋਂ ਵੱਡੀ ਗੱਲ ਵੀ ਕਾਮ ਵਾਸ਼ਨਾ ਬਹੁਤ ਆ ਲੋਕੀ ਜਨਾਨੀਆਂ ਮਗਰ ਜ਼ਿਆਦਾ ਹੋ ਜਾਂਦੇ ਨੇ ਉਹ ਫਿਰ ਕੀ ਬੰਦੇ ਦੀ ਬੁੱਧੀ ਪ੍ਰਿਸ਼ਟ ਹੋ ਜਾਂਦੀ ਉਹਨੂੰ ਕੋ ਸਮਝ ਨਹੀਂ ਲੱਗਦੀ ਜਨਾ ਚੰਗੇ ਦੀ ਨਾ ਮਾੜੇ ਦੀ ਫਿਰ ਉਹਨੇ ਆਪਣਾ ਧਰਮ ਕਿੱਥੇ ਸੰਭਾਲਣਾ ਉਹ ਆਪਣੇ ਕੇਸ ਕਤਲ ਕਰਾ ਦਿੰਦੇ ਨੇ ਤੇ ਫੁੱਠੇ ਸਿੱਧੇ ਕੰਮ ਕਰਦੇ ਨੇ ਆ ਗੱਲ ਇਸ ਕਰਕੇ ਹੌਲੀ ਹੌਲੀ ਇਹ ਚੀਜ਼ हट ਗਈ ਪਰ ਇਹ ਕੰਪਲਸਰੀ ਆ ਵਾਰੇ ਆਪ ਇਹਨੂੰ ਕੰਪਲਸਰੀ ਬਣਾਇਆ ਨਹੀਂ ਆ ਇਹ ਸਿੱਖ ਧਰਮ ਚ ਕੀ ਹਰ ਧਰਮ ਚ ਕੰਪਲਸਰੀ ਜੇ ਕੋਈ ਹਿੰਦੂ ਵੀਰ ਆ ਮੁਸਲਮਾਨ ਵੀਰ ਆ ਜੇ ਆਪਣੇ ਧਰਮ ਨੂੰ ਪੜੂਗਾ ਨਹੀਂ ਤੇ ਗਾੜੀ ਫਿਰ ਉਹਦੇ ਧਰਮ ਨੂੰ ਸੰਭਾਲੂਗਾ ਕੌਣ ਹਾਂਜੀ ਜੇ ਇੱਕ ਵੀ ਬੰਦੇ ਨੇ ਜਿਵੇਂ ਹੁਣ ਮੈਂ ਇਕੱਲਾ ਇਕੱਲਾ ਆ ਜੇ ਮੈਂ ਆਪਣੀ ਹਿਸਟਰੀ ਨਹੀਂ ਪੜੂਗਾ ਤੇ ਮੈਂ ਅੱਗੇ ਨਹੀਂ ਦੱਸੂਗਾ ਬਸ ਇੱਕ ਬੰਦਾ ਤੇ ਅੱਗੇ ਮੇਰੀ ਜਿੰਨੀ ਵੀ ਹੁਣ ਪੀੜੀ ਆਊਗੀ ਜੇ ਮੈਂ ਨਹੀਂ ਪੜੀ ਹੋਊਗੀ ਆਪਣੀ ਹਿਸਟਰੀ ਤੇ ਜਿਹੜੀ ਅੱਗੇ ਤੋਂ ਅੱਗੇ ਉਹ ਵਾਲੀ ਪੀੜੀ ਚੱਲੂਗੀ ਮੇਰੇ ਵਾਲੀ ਉਹਨਾਂ ਨੂੰ ਕੁਝ ਨਹੀਂ ਪਤਾ ਹੋਊਗਾ ਪਖੰਡਵਾ ਚ ਜ਼ਿਆਦਾ ਆ ਜਾਂਦੇ ਨੇ ਮੇਨ ਗੱਲ ਜਿੱਦਾਂ ਮਤਲਬ ਕਿ ਮੇਰੇ ਵੱਡੇ ਨੇ ਪੜਿਆ ਹੀ ਨਹੀਂ ਉਹਨਾਂ ਨੇ ਮਤਲਬ ਕਿ ਸਮਝਿਆ ਨਹੀਂ ਗੁਰਸਿੱਖੀ ਕੀ ਐ ਫਿਰ ਮੈਨੂੰ ਜਿੱਦਾਂ ਮੈਂ ਹਜੇ ਮੰਨ ਲਓ ਗੁਰਸਿੱਖੀ ਚ ਨਹੀਂ ਸੀ ਜਦੋਂ ਨਾ ਉਦੋਂ ਮੈਨੂੰ ਕੋਈ ਵੀ ਕੁਝ ਕਹਿੰਦਾ ਮੈਂ ਕਹਿੰਦਾ ਇਹ ਸਹੀ ਐ ਮੈਨੂੰ ਕੋਈ ਵੀ ਤੇ ਸੁਣਾ ਦੇਂਦੇ ਮੈਂ ਕਹਿੰਦਾ ਸਹੀ ਐ ਹਨਾ ਓਕੇ ਉਹ ਫੇਰੇ ਇੱਕ ਚੀਜ਼ ਜਿਹੜੀ ਆ ਕਈ ਸਿੱਖਾਂ ਨੂੰ ਨਾ ਮਤਲਬ ਕਿ ਤੋੜ ਗਈ ਸਿੱਖੀ ਤੋਂ ਉਹਨਾਂ ਨੂੰ ਅਸਲੀਅਤ ਚ ਪਤਾ ਹੀ ਨਹੀਂ ਪਈ ਸਿੱਖੀ ਵਿੱਚ ਹੈ ਕੀ ਕਈਆਂ ਨੂੰ ਇਹ ਨਹੀਂ ਪਤਾ ਉਹ ਕਿ ਇਹ ਸਿੱਖ ਕੌਮ ਐ ਸਿੱਖ ਕੌਮ ਨਹੀਂ ਸਿੱਖ ਪੰਥ ਐ ਹਮ ਹਣਾ ਇਹ ਮਾਰੇ ਨੇ ਪੰਥ ਸਾਜਿਆ ਹਰ ਕਿਤੇ ਖਾਲਸਾ ਪੰਥ ਲਿਖਿਆ ਕੌਮ ਦੇ ਮਾਰੇ ਨੇ ਕਿਤੇ ਲਿਖੀ ਨਹੀਂ ਉਹ ਕੌਮ ਜੀ ਫਸੇ ਪਏ ਨੇ ਹਿੰਦੂਆਂ ਨੂੰ ਵੀ ਨਹੀਂ ਪਤਾ ਕਿ Hindu ਧਰਮ ਨਹੀਂ ਐ ਸਨਾਤਨ ਧਰਮ ਐ ਸਨਾਤਨ ਹਾਂ ਜੀ Hindu ਤੇ India as a India ਜਿਵੇਂ ਆਪਾਂ ਇੰਗਲਿਸ਼ ਚ ਕਹਿੰਦੇ ਆ ਤਾਂ ਕਰਕੇ Hindu ਇਦਾਂ ਰਿਪਰੈਜ਼ੈਂਟ ਕਰ ਦਿੱਤਾ ਜਾਂਦਾ ਸੀਗਾ ਪਹਿਲਾਂ ਹਾਂ ਜੀ ਤੇ ਉਹ ਲੋਕਾਂ ਨੇ ਉਹਨੂੰ ਧਰਮ ਸਮਝ ਲਿਆ ਧਰਮ ਸਮਝ ਲਿਆ ਸਨਾਤਨ ਧਰਮ ਐ ਹਿੰਦੂ ਰਿਪਰੈਜ਼ੈਂਟ ਕਰਦਾ ਐਜ਼ ਅ ਇੰਡੀਆ ਹਾਂਜੀ ਹਿੰਦੁਸਤਾਨ ਹੁਣ ਇਹ ਇੱਕ ਜਿੱਦਾਂ ਹਰ ਕੰਟਰੀ ਦਾ ਇੰਗਲਿਸ਼ 'ਚ ਵੀ ਨਾਮ ਦੋ ਦਿੱਤਾ। ਇਹ ਉਹ ਇਹ ਸਭ ਕੋ ਤਾਂ ਹੋਇਆ ਨਾ ਕਿ ਉਹਨਾਂ ਨੇ ਆਪਣੇ ਜਿਹੜੇ ਧਰਮ ਜਿਹੜੀ ਆਪਣੀ ਜੜ੍ਹ ਉਹਨੂੰ ਛੱਡਤਾ ਤੇ ਉਹ ਲਾਗੇ ਗੋਰਿਆਂ ਮਗਰ ਵੀ ਹਾਂਜੀ ਗੋਰੇ ਜੀ ਇਦਾਂ ਜੈਂਕੀ ਸ਼ੈਂਕੀ ਇਦਾਂ ਰਹਿੰਦੇ ਨੇ ਪੁਰਸੇ ਦੇ ਕੰਮ ਕਰਦੇ ਨੇ ਤੇ ਉਹ ਲੋਕ ਸੋਚਦੇ ਨਹੀਂ ਚੰਗਾ ਆ ਉਹ 2 ਮਿੰਟ ਦਾ ਮਤਲਬ ਕਿ ਤਮਾਸ਼ਾ ਹੁੰਦਾ ਆ ਤੇ ਫਿਰ ਉਹ ਖਤਮ ਹੂੰ ਇਸ ਕਰਕੇ ਲੋਕ ਆਪਣੇ ਜਿਹੜੇ ਬਹੁਤ ਜ਼ਿਆਦਾ ਪਿੱਛੇ ਜਾਈ ਜਾ ਰਹੇ ਨੇ ਤੁਸੀਂ ਸਿੱਖੀ ਚ ਸ਼ੁਰੂ ਤੋਂ ਇੰਨਾ ਇਨਵੋਲਡ ਸੀਗੇ ਨਹੀਂ ਜੀ ਜਿੱਦਾਂ ਮੈਂ ਦਿੱਲੀ ਚ ਪੜਿਆ ਆ ਹਮ ਹਮ ਤੇ ਮੈਂ ਉੱਥੇ ਆਰਮੀ ਪਬਲਿਕ ਸਕੂਲ ਦੋ ਲਗੋਆਂ ਚ ਪੜਿਆ ਮੇਰੇ ਫਾਦਰ ਆਰਮੀ ਚ ਸੀਗੇ ਤੇ ਹੀ ਰਾਸ਼ਟਰਪਤੀ ਭਵਨ ਜੀ ਰਹੇ ਆ ਓਕੇ ਤੇ ਮੈਨੂੰ ਉਦੋਂ ਸਿੱਖੀ ਬਾਰੇ ਕੀ ਮੈਨੂੰ ਪੰਜਾਬ ਬਾਰੇ ਕੁਝ ਨਹੀਂ ਪਤਾ ਸੀ ਮੇਰਾ ਮਤਲਬ ਕੀ ਪਛੋਕੜ ਕੀ ਆ ਹਮ ਇਹ ਉੱਥੇ ਦੇ ਬੱਚਿਆਂ ਨਾਲ ਮੈਂ ਰਿਆ ਉੱਥੇ ਖੇਡਦਾ ਰਿਆ ਤੇ ਪੰਜਾਬ ਜੀ ਕਦੀ ਕਦੀ ਛੁੱਟੀਆਂ ਲਿਆਈਦਾ ਸੀ ਮਿਲ ਕੇ ਚਲ ਜਾਈਦਾ ਸੀ ਤੇ ਉੱਥੇ ਦਿਲ ਵੀ ਨਹੀਂ ਲੱਗਦਾ ਸੀ ਕਿਉਂਕਿ ਉੱਥੇ ਮੈਂ ਕਦੀ ਰਿਹਾ ਹੀ ਨਹੀਂ ਨਾ ਕੋਈ ਮੰਜੇ ਬੰਦੇ ਨੇ ਆਉਣਾ ਕਿੰਨਾ ਕੁ ਦਿਲ ਲਗੂ ਤੇ ਮੈਨੂੰ ਉਹਨਾਂ ਦੀ ਕੋਈ ਨੌਲੇਜ ਨਹੀਂ ਸੀ ਇਹ ਫਿਰ ਮੈਂ ਜਦੋਂ ਮੇਰੇ ਫਾਦਰ ਰਿਟਾਇਰ ਹੋਏ ਫਿਰ ਮੈਂ 8th ਕਲਾਸ ਜਿੱਥੇ ਆਇਆ ਸੀ ਪੰਜਾਬ ਉੱਥੇ ਉਹ ਫਿਰ ਮੇਰਾ ਇੱਕ ਦੋਸਤ ਆ ਉਹਦਾ ਨਾਮ ਕੁਲਵਿੰਦਰ ਸਿੰਘ ਹੈ ਉਹਨੂੰ ਕੋਕਰ ਵੀ ਆਨੇ ਸੀ ਉਹਨੇ ਫਿਰ ਇਸ ਚੀਜ਼ ਵਾਲੇ ਮੈਨੂੰ ਪਾਇਆ ਤੇ ਉਹਨੇ ਜਿੱਦਾਂ ਸੰਤਾਂ ਦੀਆਂ ਗੁਰੂ ਮਹਾਰਾਜ ਦੀਆਂ ਗੱਲਾਂ ਦਸਨੀਆਂ ਸਾਡੇ ਉੱਤੇ ਹੈਗੇ ਨੇ ਸੰਤ ਬਾਬਾ ਗੁਰਦੇਵ ਸਿੰਘ ਜੀ ਸੀ ਦੀਪਾਗਾਲੇ ਹਾਂਜੀ ਉਹਨਾਂ ਦੇ ਬਾਰੇ ਦੱਸਣਾ ਉਹਨਾਂ ਨੇ ਤੇ ਫਿਰ ਮੈਨੂੰ ਹੌਲੀ ਹੌਲੀ ਮਦ ਲਈ ਚੀਨਾਂ ਪਿਆਰ ਹੋ ਗਿਆ ਜਿੱਦਾਂ ਕੁਦਰਤੀ ਪ੍ਰੇਮ ਪੈ ਗਿਆ ਵੀ ਹਾਂ ਵੀ ਮੈਂ ਮੈਨੂੰ ਪਤਾ ਲੱਗਣ ਲੱਗ ਪਿਆ ਕਿ ਕੌਣ ਆ ਸਾਡਾ ਧਰਮ ਕੀ ਆ ਉਹਨੇ ਮੈਨੂੰ ਜੋ ਦੱਸਿਆ ਮੈਂ ਉਹ ਤੇ ਸਵਾਲ ਨਹੀਂ ਕੀਤਾ ਕੁਦਰਤੀ ਦੱਸਿਆ ਉਹਨਾਂ ਨੇ ਜਦੋਂ ਉਹਨੇ ਦੱਸਿਆ ਵੀ ਸਿੰਘ ਕਿੱਦਾਂ ਰਹਿੰਦੇ ਨੇ ਬਾਣੇ ਦੀ ਕੀਮਤ ਬਤਾਇਆ ਤੇ ਸਿੱਖੀ ਕੀ ਹੁੰਦੀ ਆ ਅਮਰਤ ਛਕਣਾ ਜ਼ਰੂਰੀ ਆਪਾਂ ਨੂੰ ਉਹ ਤੁਹਾਨੂੰ ਪਤਾ ਨਹੀਂ ਹੁੰਦਾ ਸੀ ਕਿਉਂਕਿ ਮੇਰੇ ਕੇਸ ਕਤਲ ਸੀ ਉਦੋਂ ਫਿਰ ਉਦੋਂ ਅਸੀਂ ਉੱਥੇ ਜਿੱਦਾਂ ਸਾਡੇ ਤੇ ਗੁਰਦਾਰਾ ਹੈ ਬਾਬਾ ਬਕਾਲਾ ਸਾਹਿਬ ਹਾਂਜੀ ਉੱਥੇ ਸੰਤਾਂ ਨੇ ਮੱਸਿਆ ਤੇ ਆਉਣਾ ਸੀ ਜਾਣਾ ਦੇਖਣਾ ਉਹ ਪਿਆਰ ਪਈ ਗਿਆ ਸਿੱਖਣ ਤੋਂ ਮਿਲਿਆ ਵੀ ਕੀ ਕੀ ਰਹਿਤ ਮਰਿਆਦਾ ਇਹਨਾਂ ਦੀ ਹੈ ਨਾ ਅਸਲੀਅਤ ਕੀ ਹੈ ਉਹ ਫਿਰ ਪਿਆਰ ਪੈਂਦੇ ਪੈਂਦੇ ਉਹਨਾਂ ਵਿੱਚ ਵਿਚਰਨ ਲੱਪੇ ਸਿੰਘਾਂ ਵਿੱਚ ਜਾਣ ਲੱਪੇ ਸੇਵਾ ਕਰਨ ਲੱਪੇ ਇਹ ਧਿਆਨ ਉਧਰ ਨੂੰ ਹੋ ਗਿਆ ਕਿਉਂਕਿ ਉਹਨਾਂ ਨੂੰ ਦੇਖਦੇ ਸੀ ਫਿਰ ਹੋਰ ਮਨ ਹੁੰਦਾ ਸੀ ਪਰ ਫਿਰ ਮੈਂ ਜਿਹੜਾ ਪੂਰਾ ਇੱਥੇ ਆ ਗਿਆ ਕੈਨੇਡਾ ਇੱਥੇ ਆ ਕੇ ਫਿਰ ਮੈਨੂੰ ਖੁਦ ਨਹੀਂ ਪਤਾ ਕਿ ਮਾਰੇ ਦੀ ਕਿੰਨੀ ਕਿਰਪਾ ਹੋ ਗਈ ਮੇਰਾ ਅੰਮ੍ਰਿਤ ਛਕਿਆ ਤੁਸੀਂ ਇੱਥੇ ਆ ਕੇ ਅੰਮ੍ਰਿਤ ਛਕਿਆ ਹਾਂਜੀ ਇੱਥੇ ਆ ਕੇ ਛਕਿਆ ਹੋ ਗਏ 5-6 ਸਾਲ ਤੇ ਫਿਰ ਮੈਂ ਬਾਣਾ ਮਤਲਬ ਇਹ ਸੋਚਿਆ ਵੀ ਚਲੋ ਮੈਂ ਕਦੀ ਗੁਰਦਾਰੇ ਜਾਣ ਲੱਗੇ ਪਾ ਲੂੰਗਾ ਫਿਰ ਮੇਰੇ ਉੱਤੇ ਸਿੰਘਾਂ ਦਾ ਬਚਨ ਹੋਇਆ ਤੇ ਆਰਦੇਸ਼ੀ ਦੀ ਬਾਗ ਸਿੰਘ ਨੇ ਮਹਾਕਾਲ ਬਾਬਾ ਨਿਰਮਲ ਸਿੰਘ ਜੀ ਉਹਨਾਂ ਨੇ ਮੇਰਾ ਬਹੁਤ ਪਿਆਰ ਹੈ ਉਹਨਾਂ ਨੇ ਮਤਲਬ ਕਿ ਮੈਨੂੰ ਬੜੀਆਂ ਰੂਹਾਨੀ ਗੱਲਾਂ ਆ ਗੁਰੂ ਸਾਹਿਬ ਨਾਲ ਜੋੜਨ ਵਾਲੀਆਂ ਗੱਲਾਂ ਦਸੀਆਂ ਜਿਹੜੀਆਂ ਕਿ ਮੇਰੇ ਅੰਦਰ ਬਹੁਤ ਜ਼ਿਆਦੀਆਂ ਡੂੰਗੀਆਂ ਬੈਗੀਆਂ ਕੀ ਕੀ ਗੱਲਾਂ ਦਸੀਆਂ ਇਹੀ ਮੈਂ ਮੇਨ ਜੀ ਉਹ ਗੱਲਾਂ ਮਤਲਬ ਕਿ ਥੜੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੀ ਕੀ ਤੁਹਾਨੂੰ ਮਤਲਬ ਗੱਲਾਂ ਉਹ ਮੈਂ ਕੁਝ ਦੱਸ ਦਿਨਾ ਕੁਝ ਗੁਪਤ ਨਹੀਂ ਉਹ ਨਹੀਂ ਦੱਸ ਸਕਦੇ ਜਿੱਦਾਂ ਉਹਨਾਂ ਨੇ ਮੈਨੂੰ ਗੁਰੂ ਸਾਹਿਬ ਨਾਲ ਦੱਸਿਆਣਾ ਵੀ ਗੁਰੂ ਸਾਹਿਬ ਨੂੰ ਸਿੱਖੀ ਪਿਆਰੀ ਆ ਰਹਿਤ ਪਿਆਰੀ ਆ ਆਪਾਂ ਇਸ ਤਰ੍ਹਾਂ ਵਿੱਚ ਜੀ ਜੰਮੇ ਆ ਆਪਣਾ ਮਤਲਬ ਕਿ ਫਰਜ ਆ ਹਮ ਤਿਆਰ ਬਰ ਤਿਆਰ ਹੋ ਕੇ ਰਹਿਣਾ ਗੁਰਬਾਣੀ ਪੜ੍ਹਨੀ ਨਾਮ ਜਪਣਾ ਸੇਵਾ ਕਰਨੀ ਤੇ ਇਤਿਹਾਸ ਸੁਣਾਉਣਾ ਉਹਨਾਂ ਨੇ ਮੈਨੂੰ ਵੀ ਹਾਂ ਇਹ ਇਤਿਹਾਸ ਆ ਜੀ ਜਿੱਦਾਂ ਸ਼ਹੀਦੀ ਬਾਗ ਦਾ ਇਤਿਹਾਸ ਸੁਣਾਇਆ ਵੀ ਇੱਥੇ ਪਹਿਲਾਂ ਇਹਦਾ ਨਾਮ ਇਹ ਬਾਗ ਹੁੰਦਾ ਸੀ ਗੁਰੂ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇੱਥੇ ਫੁੱਲਾਂ ਦਾ ਬਾਗ ਹੁੰਦਾ ਸੀ ਉਹ ਜਦੋਂ ਕਾਫੀ ਸਿੰਘ ਸ਼ਹੀਦ ਹੋ ਗਏ ਤੇ ਫਿਰ ਉਹਨਾਂ ਦਾ ਸਸਕਾਰ ਉੱਥੇ ਕੀਤਾ ਗਿਆ ਫਿਰ ਉਹਦਾ ਨਾਮ ਸ਼ਹੀਦੀ ਬਾਗ ਪਿਆ ਐਦਾਂ ਉਹਦਾ ਇਤਿਹਾਸ ਪਤਾ ਲੱਗਾ ਪੁਰਾਣੇ ਜਿਹੜੇ ਜਿੱਦਾਂ ਹੁਣ ਮੈਂ ਮਿਸ਼ਲ ਸਿੰਘ ਨੰਦਨਦਲ ਬਾਬਾ ਬਕਾਲਾ ਉੱਥੇ ਪਿਆਰ ਉੱਥੇ ਜਾਂਦੇ ਰਹੇ ਆ ਉਹਨਾਂ ਦੇ ਸਾਡੇ ਕਿਹੜੇ ਕਿਹੜੇ ਸਾਧੂ ਹੋਏ ਪਹਿਲਾਂ ਉਹ ਸੰਤਾਂ ਦੇ ਜੀਵਨ ਬਾਰੇ ਪਤਾ ਲੱਗਾ ਹਨ ਤੇ ਹੁਣ ਜਿਹੜਿਆ ਹੁਣ ਸੰਤ ਨੇ ਸੰਤ ਬਾਬਾ ਗੁਰਦੇਵ ਸਿੰਘ ਜੀ ਉਹਨਾਂ ਨਾਲ ਆਪੇ ਕਾਫੀ ਟਾਈਮ ਤੋਂ ਮਤਲਬ ਕਿ ਜਾਂਦੇ ਰਹੇ ਆ ਉਹਨਾਂ ਨਾਲ ਬੱਚੇ ਹੁੰਦੇ ਨੇ ਤੇ ਉਹ ਮਤਲਬ ਖੁਸ਼ੀ ਹੁੰਦੀ ਆ ਇਦਾਂ ਲੱਗਦਾ ਇਦਾਂ ਰੱਬ ਨਾਲ ਗੱਲ ਹੋ ਗਈ ਤੇ ਮਨ ਨੂੰ ਬਹੁਤ ਸੰਤੁਸ਼ਟੀ ਹੁੰਦੀ ਤੇ ਜਦੋਂ ਮੈਂ ਬਾਣਾ ਮਤਲਬ ਕਿ ਪਉਣਾ ਸੀ ਨਾ ਉਦੋਂ ਮੈਨੂੰ ਉਹਨਾਂ ਨੇ ਦੱਸਿਆ ਕਿ ਜੇ ਬਾਣਾ ਪਾ ਲਿਆ ਫਿਰ ਆਪਾਂ ਬਾਣਾ ਲਾ ਨਹੀਂ ਸਕਦੇ ਓਕੇ ਹਾਂਜੀ ਇੱਕ ਰਹਿ ਤਿਆ ਜੇ ਤੁਸੀਂ ਅੰਮ੍ਰਿਤ ਛਕ ਲਿਆ ਆਪਾਂ ਅਮਰਿਤਸਕਨਾ ਇੱਕ ਅਲੱਗ ਗਾਲ ਅਮਰਸ਼ਕਿਆ ਤੇ ਜੀਮਲੇ ਸਿੰਘ ਹੋ ਗਏ ਜੀ ਹਨ ਬਾਣਾ ਪਾ ਲਿਆ ਜਦੋਂ ਉਹ ਤੇ ਉਹਦਾ ਪਾ ਗੁਰੂ ਦੀ ਫੌਜ ਹੋ ਗਏ ਅੱਛਾ ਹਾਂਜੀ ਗੁਰੂ ਦੇ ਲਾੜਲੇ ਹੋ ਗਏ ਆ ਤਿਆਰ ਬਰ ਤਿਆਰ ਹੋ ਚੁੱਕੇ ਆ ਨਾ ਆਪਾਂ ਫਿਰ ਇਹਨੂੰ ਪਾ ਕੇ ਆਪਾਂ ਲਾ ਨਹੀਂ ਸਕਦੇ ਉਹਨਾਂ ਨੇ ਮੈਨੂੰ ਇਹ ਬਚਨ ਕੀਤਾ ਤੇ ਮੈਂ ਕਿਹਾ ਵੀ ਮੁੰਡੇ ਮੈਂ ਟਰੱਕ ਦਾ ਕੰਮ ਕਰਦਾ ਸੀ ਮੈਨੂੰ ਇਹਨਾਂ ਨਹੀਂ ਪਤਾ ਜੀ ਮੈਂ ਕਿਹਾ ਫਿਰ ਤੁਸੀਂ ਮੇਰੀ ਅਰਦਾਸ ਕਰ ਦਿਓ ਵੀ ਜੇ ਹੁਣ ਪਾ ਲਿਆ ਤੇ ਹੁਣ ਲਾਈਏ ਨਾ ਕਦੀ ਤੇ ਉਹਨਾਂ ਨੇ ਅਰਦਾਸ ਕਰਤੀ ਤੇ ਉਸ ਤੋਂ ਬਾਅਦ ਗੁਰੂ ਮਾਰੀ ਕਿਰਪਾ ਹੋ ਗਈ ਫੇਰ ਆਪਾਂ ਕਿਦੀ ਬਾਣੀ ਲਾਇਆ ਨੀਤ ਬਾਣੀ ਚੀ ਉਹਦੇ ਠੰਡਾ ਆਵੇ ਗਰਮੀ ਆਵੇ ਇਦਾਂ ਹੀ ਰਹਿਦਾ ਇੱਕ ਗੁਰੂ ਹੁਣ ਬਹੁਤ ਜ਼ਰੂਰੀ ਆ ਨਾ ਜੀ ਮੈਂ ਪੜਿਆ ਸੀਗਾ ਗੂ ਦਾ ਮਤਲਬ ਹੁੰਦਾ ਹੈ ਡਾਰਕਨੈਸ ਹਾਂਜੀ ਤੇ ਰੂ ਦਾ ਮਤਲਬ ਹੁੰਦਾ ਹੈ ਲਾਈਟ ਜਦੋਂ ਆਪਾਂ ਗੁਰੂ ਕੋਲ ਜਾਂਦੇ ਆ ਉਹ ਡਾਰਕਨੈਸ ਤੋਂ ਸਾਨੂੰ ਲਾਈਟ ਚ ਲਿਆਂਦਾ ਹੈ ਇਦਾਂ ਹੀ ਹੈ ਜੀ ਸਹੀ ਗੱਲ ਤੇ ਉਹਦੇ ਨਾਲ ਪ੍ਰਕਾਸ਼ ਹੁੰਦਾ ਹੈ ਸਾਰੀਆਂ ਚੀਜ਼ਾਂ ਦਾ ਪਤਾ ਲੱਗਦਾ ਆਪਾਂ ਨੂੰ ਆਪਣੀ ਹਿਸਟਰੀ ਆਪਣੀ ਰੂ ਦਾ ਪਤਾ ਲੱਗਦਾ ਕਿ ਆਪਾਂ ਕਿੱਥੋਂ ਬਿਲੋਂਗ ਕਰਦੇ ਆ ਹੁਣ ਮੈਂ ਇਹਨਾਂ ਨੂੰ ਪੁੱਛੂੰਗਾ ਬਚਪਨ ਚ ਜਿਹੜਾ ਤੁਹਾਡੇ ਫਰੈਂਡ ਨੇ ਕੀ ਕੀ ਸਿਖਾਇਆ ਸੀਗਾ ਉਦੋਂ ਕੀ ਦੱਸਦੇ ਸੀਗੇ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਿੱਖਣ ਨੂੰ ਮਿਲਿਆ ਗੁਰਸਿੱਖੀ ਸਾਰੀ ਉਧਰੋਂ ਮਿਲੀ ਕੀ ਆ ਗੁਰਸਿੱਖੀ ਹੁਣ ਮੈਂ ਸਿੱਖਿਆ ਗੁਰਸਿੱਖੀ ਮਤਲਬ ਕਿ ਉਹਨਾਂ ਨੇ ਕੇਸਾਂ ਬਾਰੇ ਦੱਸਿਆ ਵੀ ਕੇਸ ਰੱਖਣੇ ਬਹੁਤ ਜ਼ਰੂਰੀ ਨੇ ਫਿਰ ਦਾ ਮੈਂ ਕਤਲ ਕੀਤੇ ਸੀ ਹਨਾ ਕੇਸ ਕਤਲ ਸੀਗੇ ਉਹਨੇ ਇਹ ਦੱਸਿਆ ਫਿਰ ਉਹਨੇ ਗੁਰੂ ਦੇ ਮੈਨੂੰ ਕੋਈ ਇਤਿਹਾਸ ਨਹੀਂ ਪਤਾ ਸੀ ਹਾਂਜੀ ਉਹਨੇ ਮੈਨੂੰ ਗੁਰੂਆਂ ਦਾ ਇਤਿਹਾਸ ਦੱਸਿਆ ਹਨਾ ਵੀ ਕਿਦਾਂ ਗੁਰੂ ਗੋਬਿੰਦ ਸਿੰਘ ਮਹਾਰੇ ਨੇ ਪੰਥ ਚਲਾਇਆ ਕਿਦਾਂ ਸ਼ਹੀਦੀਆਂ ਹੋਈਆਂ ਗੁਰੂ ਮਾਰੇ ਦੇ ਚਾਰ ਸਾਹਿਬਜ਼ਾਦਿਆਂ ਨੇ ਕਿਦਾਂ ਸ਼ਹੀਦੀਆਂ ਪਾਈਆਂ ਫਿਰ ਵੀ ਸਿੱਖਾਂ ਨੇ ਮਲੇ ਧਰਮ ਨਹੀਂ ਛੱਡਿਆ ਠੀਕ ਹੈ ਸੰਤਾਂ ਬਾਰੇ ਜਿੱਦਾਂ ਮੈਨੂੰ ਸੀਗਾ ਉਹਨਾਂ ਬਾਰੇ ਦੱਸਿਆ ਵੀ ਸੰਤਾਂ ਦਾ ਕੀ ਜੀਵਨ ਸੀਗਾ ਹਨ ਤੇ ਜਿੱਦਾਂ ਇਤਿਹਾਸਿਕ ਗੁਰਦਾਰੇ ਨੇ ਉੱਥੇ ਲੈ ਕੇ ਉਹ ਮੈਨੂੰ ਗਿਆ ਕਿਉਂਕਿ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਸੀ ਹਾਂ ਹਾਂ ਹੈਨਾ ਸਿਰਫ ਇੱਕ ਦਰਬਾਰ ਸਾਹਿਬ ਦਾ ਪਤਾ ਸੀ ਕਿਉਂਕਿ ਜੋ ਦਿੱਲੀੋਂ ਆਈਦਾ ਸੀ ਚੱਲ ਜਾਈਦਾ ਸੀ ਪਰ ਇਤਿਹਾਸ ਨਹੀਂ ਪਤਾ ਸੀ ਕਿਸ ਗੁਰ ਕਿਸ ਗੁਰੂ ਦਾ ਆ ਕਦੋਂ ਬਣਿਆ ਤੇ ਮਤਲਬ ਕਿ ਕੀ ਉਥੇ ਹੈਗਾ ਆ ਕੁਝ ਵੀ ਨਹੀਂ ਪਤਾ ਸੀ ਹਾਂਜੀ ਹਨਾ ਆਪਾਂ ਦੇ ਮਤਲਬ ਜਿੱਦਾਂ ਇੱਕ ਸ਼ਹਿਰ ਹੀ ਆਇਆ ਘੁੰਮ ਕੇ ਚਲ ਗਿਆ ਇਦਾਂ ਸੀ ਤੇ ਜਿੰਨੀ ਵੀ ਗੁਰਸਿੱਖੀ ਮਤਲਬ ਕਿ ਅੱਜ ਮੈਂ ਜੇ ਬਾਣਾ ਪਾਇਆ ਮੈਨੂੰ ਉਹਦੇ ਕਰਕੇ ਮਿਲਿਆ ਕਿਉਂਕਿ ਉਹਨੇ ਮੈਨੂੰ ਇੱਧਰ ਉਹ ਲੈਣ ਲੈ ਕੇ ਆਉਣ ਆਲਾ ਦਾ ਕਹਿ ਦੋ ਵੀ ਇੱਕ ਬਾਹ ਫੜ ਕੇ ਉਹ ਮੈਨੂੰ ਇਸ ਰਾਹ ਤੇ ਲੈ ਆ ਤੁਹਾਨੂੰ ਕੀ ਕੀ ਇਤਿਹਾਸ ਪਤਾ ਹੈ ਗੁਰੂ ਨਾਨਕ ਦੇਵ ਜੀ ਦਾ ਜਿਵੇਂ ਮੈਨੂੰ ਬਹੁਤ ਬਹੁਤ ਸੰਤ ਜੀ ਦਾ ਪਤਾ ਹੈ ਮੈਨੂੰ ਕਿਉਂਕਿ ਮੈਂ ਉਹਨਾਂ ਬਾਰੇ ਪੜਿਆ ਸੀਗਾ ਪਰ ਗੁਰੂਆਂ ਦਾ ਮੈਨੂੰ ਇੰਨਾ ਨਹੀਂ ਪਤਾ ਗੁਰੂ ਨਾਨਕ ਦੇਵ ਜੀ ਜਿੱਦਾਂ ਅਕਾਲ ਪੁਰਖ ਦੇ அவਤਾਰ ਆਏ ਨੇ ਠੀਕ ਹੈ ਜੀ ਤੇ ਇਤਿਹਾਸ ਤੇ ਗੁਰੂ ਮਹਾਰਾਜ ਦਾ ਕੋਈ ਬਿਆਨ ਨਹੀਂ ਕਰ ਸਕਦਾ ਹਾਂਜੀ ਪਰ ਇਹ ਆਪੀ ਉਹਨਾਂ ਨੇ ਲੋਕਾਂ ਦੇ ਜਿਹੜੇ ਵਹਿਮ ਭਰਮ ਸੀਗੇ ਜਿਹੜੇ ਦੁਵਿਧਾ 'ਚ ਫਸੇ ਸੀ ਜਾਂ ਜਿਨ੍ਹਾਂ ਨੂੰ ਸ਼ੰਕਾ ਸੀ ਹੰਕਾਰ ਸੀ ਉਹ ਹੀ ਤੋੜਿਆ ਮਹਾਰਾਜ ਨੇ ਹੂੰ ਜਗਤ ਦਾ ਕਲਿਆਣ ਕਰਨ ਕਰਕੇ ਮਹਾਰਾਜ ਨੇ ਉਦਾਸੀ ਕੀਤੀ ਹਨ ਸਾਰੀ ਦੁਨੀਆ ਵਿੱਚ ਘੁੰਮੇ ਹੂੰ ਤੇ ਉਹਨਾਂ ਨੂੰ ਮਤਲਬ ਕਿ ਅਕਾਲ ਪੁਰਖ ਦੇ ਨਾਲ ਜੋੜਿਆ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਇਹੋ ਹੀ ਗੁਰੂਆਂ ਨੇ ਕੀਤਾ ਵੀ ਇੱਕ ਪਰਮਾਤਮਾ ਦੇ ਬਾਰੇ ਦੱਸਿਆ ਉਹਦੇ ਨਾਲ ਜੋੜਿਆ ਉਹ ਹਰ ਗੁਰੂ ਨੇ ਅਲੱਗ-ਅਲੱਗ ਤਰੀਕੇ ਦੇ ਨਾਲ ਸੇਵਾ ਭਾਵਨਾ ਕੀਤੀ ਤੇ ਉਹ ਦੱਸੀ ਗਈ ਫਿਰ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਇਹਨਾਂ ਨੇ ਸ਼ਹੀਦ ਕੀਤਾ ਤੁਰਕਾਂ ਨੇ ਹਾਂਜੀ ਤੇ ਚੰਦੂ ਪਾਪੀ ਦਾ ਉਹਦੇ ਵਿੱਚ ਸਭ ਤੋਂ ਵੱਡਾ ਕਿਰਦਾਰ ਸੀਗਾ ਉਦੋਂ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਸੀ ਵੀ ਖੱਲਾ ਹੋਣਾ ਮਤਲਬ ਕਿ ਮਾਲਾ ਨਾਲ ਮਾਲਾ ਫੇਰਨ ਦੇ ਨਾਲ ਕੰਮ ਨਹੀਂ ਹੋਣਾ ਜੰਗ ਵੀ ਕਰਨਾ ਪੈਣਾ ਹੁਣ ਕਿਰਪਾਨ ਵੀ ਚਾਹੀਦੀ ਫਿਰ ਮਹਾਰਾਜ ਨੇ ਕਿਹਾ ਵੀ ਜਿਹੜਾ ਵੀ ਹੁਣ ਸਿੰਘ ਚੜਾਵਾ ਚੜਾਏਗਾ ਉਹ ਆਪਣੇ ਪਲੇ ਪਲਾਏ ਪੁੱਤ ਲਿਆਵੇ ਸ਼ਸਤਰ ਲਿਆਵੇ ਘੋੜੇ ਲਿਆਵੇ ਫਿਰ ਮਹਾਰਾਜ ਨੇ ਉਹ ਜੰਗ ਕੀਤੀ ਤੇ ਇਹਨਾਂ ਮੁਗਲਾਂ ਦਾ ਫਿਰ ਖਾਤਮਾ ਕੀਤਾ ਜੰਗ ਆਪਣੇ ਲੋਕਾਂ ਨੂੰ ਬਚਾਣ ਲਈ ਕੀਤੀ ਸੀ ਉਹਨਾਂ ਨੇ ਧਰਮ ਬਚਾਣ ਲਈ ਹਾਂ ਪਈ ਜਿੰਨਾ ਤਰ ਮਾਤੇ ਮਤਲਬ ਜ਼ੁਲਮ ਹੁੰਦਾ ਉਹਨਾਂ ਨੂੰ ਪਛਾਨ ਲਈ ਉਦੋਂ ਗੁਰੂ ਗੁਰੂ ਅਰਗੁਨ ਸਾਹਿਬ ਆ ਰਹੇ ਨੇ 22 ਧਰ ਦੇ ਜਿਹੜੇ ਰਾਜੇ ਸੀ ਨਾ ਹਾਂਜੀ ਉਹਨਾਂ ਸਾਰਿਆਂ ਨੂੰ 52 ਰਾਜੇ ਸੀ ਜਿਹਨੂੰ ਇੰਨੇ ਜਹਾਂਗੀਰ ਨੇ ਮਤਲਬ ਕਿ ਗਵਾਲੀਅਰ ਦੇ ਕਿਲੇ ਵਿੱਚ ਬੰਨਿਆ ਸੀ ਕੈਦ ਕੀਤਾ ਸੀ ਉਹ ਕਿਲਾ ਕਿਦਾਂ ਦਾ ਕਿਲਾ ਹੈ ਕਿ ਜਿਹੜਾ ਉਹਦੇ ਵਿੱਚ ਚਲ ਗਿਆ ਉਹ ਉੱਥੇ ਹੀ ਮਰੂਗਾ ਬਾਹਰ ਵੀ ਮਰ ਕੇ ਵੀ ਨਹੀਂ ਬਾਹਰ ਆ ਸਕਦਾ ਉਹਦੀਆਂ ਹੱਡੀਆਂ ਉੱਥੇ ਹੀ ਰਹਿਣਗੀਆਂ ਉਹ ਇਸ ਤਰੀਕੇ ਨਾਲ ਬਣਾਇਆ ਗਿਆ ਉਹਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਕੀ ਕੋਈ ਬਾਹਰ ਨਹੀਂ ਜਾ ਸਕਦਾ ਉਦੋਂ ਵੀ ਗੁਰੂ ਆਰ ਗੁਬਿੰਦ ਸਾਹਿਬ ਮਾਰੇ ਨੇ ਉਹਨਾਂ ਨੂੰ ਉਥੇ ਰੱਬ ਦੇ ਨਾਲ ਜੋੜਿਆ ਤੇ ਉਹ ਬੜਾ ਵੱਡਾ ਇਤਿਹਾਸ ਆ ਕਿਰਪਾ ਕੀਤੀ ਜਦੋਂ ਉਹਨੇ ਕਿਹਾ ਵੀ ਮਹਾਰਾਜ ਤੁਸੀਂ ਛੋਟ ਜਿਮੇ ਦਾ ਦਿੰਨਾ ਵੀ ਤੁਸੀਂ ਕਿਲੇ ਤੋਂ ਆਜੋ ਬਾਹਰ ਤੇ ਮਹਾਰਾਜ ਨੇ ਕਿਹਾ ਤੇ ਉਹ 52 ਜਿਹੜੇ ਰਾਜੇ ਸੀ ਉਹ ਕਹਿੰਦੇ ਆਡੇ ਰੱਬ ਤੁਸੀਂ ਹੀ ਉਹਦੇ ਵਿੱਚ ਰਾਜਪੂਤ ਸੀ ਉਹ ਤੇ ਜਹਾਂਗੀਰ ਬੜਾ ਚਲਾਕ ਸੀ ਉਹਨੂੰ ਪਤਾ ਵੀ ਜਿਹੜਾ ਰਾਜਪੂਤ ਆ ਇਹਨੇ ਕਿਸੇ ਇਨਸਾਨ ਦਾ ਪੱਲਾ ਨਹੀਂ ਫੜਨਾ ਹਾਂਜੀ ਤੇ ਇਹ ਇੱਥੇ ਮਰਨਗੇ ਹਾਂ ਉਹ ਵੇਰਨਾ ਜਦੋਂ ਉਹਨਾਂ ਨੇ ਕਿਹਾ ਵੀ ਮਾਰੇ ਜਿਹੜਾ ਤੁਹਾਡਾ ਪੱਲਾ ਫੜ ਕੇ ਆ ਜਾਏਗਾ ਬਾਹਰ ਹਾਂਜੀ ਉਹ ਆ ਜੇ ਓਕੇ ਤੇ ਜਿਹੜੇ ਉਹ ਬਵਿੰਜਾ ਰਾਜਪੂਸੇ ਬਵਿੰਜਾ ਰਾਜੇ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਬੰਦੇ ਦਾ ਪੱਲਾ ਥੋੜਾ ਫੜਨ ਲੱਗੇ ਆ ਇਹਦੇ ਪਰਮਾਤਮਾ ਆ ਹਾਂ ਤੇ ਇੰ ਤਿਆਰ ਆ ਫੜਨ ਲਈ ਉਹ ਫਿਰ ਇਦਾਂ ਆ ਗਏ ਉਹਨ ਮਾਰੇ ਬਵਿੰਜਾ ਕਲੀਆਂ ਵਾਲਾ ਚੋਲਾ ਹੁੰਦਾ ਸੀਗਾ ਉਹ ਫਿਰ ਫੜ ਕੇ ਸਾਰੇ ਬਾਹਰ ਆ ਉਹਦੋਂ ਫਿਰ ਮਾਰੇ ਬੰਦੀ ਛੋਟ ਦਿਵਸ ਦੀਵਾਲੀ ਦਾ ਦਿਨ ਸੀ ਜਿਹੜਾ ਦੀਵਾਲੀ ਮਨਾਉਂਦੇ ਆ ਸਿੰਘ ਬੰਦੀ ਛੋੜ ਦੀ ਵਸ ਮਨਾਉਂਦੇ ਉਹ ਫਿਰ ਗੁਰੂ ਗੋਬਿੰਦ ਸਾਹਿਬ ਨੇ 52 ਰਾਜੇ ਜਿਹੜੇ ਛਡਾ ਕੇ ਲੈਂਦੇ ਤੇ ਜਿੰਨਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਲੈ ਲੋ ਕਸ਼ਮੀਰ ਦੇ ਪੰਡਤ ਆਏ ਸੀਗੇ ਉਹਨਾਂ ਦੇ ਜਿੱਦਾਂ ਜਨੇਊ ਲੋਂਦਾ ਸੀ ਔਰੰਗਜ਼ੇਬ ਕਤਲ ਕਰਦਾ ਸੀ ਹਨ ਤੇ ਉਸ ਉਸ ਲਈ ਮਹਾਰਾਜ ਨੇ ਫਿਰ ਆਪਣਾ ਸੀਧੀ ਪਾਈ ਉਤਰਮ ਬਚਾਉਣ ਲਈ ਤੇ ਇੰਨਾ ਹੀ ਫਿਰ ਗੁਰਗੋਬਿੰਦ ਸਿੰਘ ਮਾਰੇ ਨੇ ਇਹ ਕੀਤਾ ਵੀ ਮਨ ਲੈ ਕੀ ਧਰਮ ਕਰਕੇ ਕਿਸੇ ਦਾ ਵੀ ਹੋਵੇ ਸਿੱਖਾਂ ਦਾ ਮਨ ਇਹੋ ਹੀ ਸਿੱਖੀ ਆ ਧਰਮ ਧਰਮ ਬਚਾਉਣਾ ਆਪਣਾ ਹੋਵੇ ਕਿਸੇ ਦਾ ਹੋਵੇ ਜ਼ੁਲਮ ਨਹੀਂ ਹੋਣ ਦੇਣਾ ਮਾੜਾ ਕਰਮ ਨਹੀਂ ਹੋਣ ਦੇਣਾ ਜੇ ਮੰਨ ਲਓ ਅੱਜ ਇਦਾਂ ਹੁੰਦਾ ਹੈ ਕਿਈ ਕਿਸੇ ਬੀਬੀ ਦੇ ਨਾਲ ਗਲਤ ਕਰ ਰਿਹਾ ਹੈ ਨਾ ਤੇ ਲੋਕ ਉੱਥੋਂ ਮੂੰਹ ਪਰੇ ਕਰਕੇ ਚੱਲ ਜਾਂਦੇ ਨੇ ਸਿੱਖ ਦਾ ਕੰਮ ਨਹੀਂ ਹੈਗਾ ਭਾਵੇਂ ਉਹ ਤੇ ਤੁਹਾਨੂੰ ਸ਼ਹੀਦ ਹੋਣਾ ਪਵੇ ਪਰ ਉਹਦੀ ਇੱਜ਼ਤ ਬਚਾਉਣੀ ਹੈ ਵੇਖੀ ਜਿਹੜਾ ਨੇ ਇਹ ਜੜਾ ਨੇ ਵੀ ਸੰਤ ਜੀ ਦਾ ਵੀ ਵੇਖਿਆ ਸੀਗਾ ਇੱਕ ਹਿੰਦੂਆਂ ਦੀ ਕੁੜੀ ਸੀਗੀ ਤੇ ਉਹਨਾਂ ਨੂੰ ਦਹੇਜ ਲਈ ਆਈ ਥਿੰਕ ਸੋ ਹਾਂਜੀ ਹਾਂਜੀ ਤੰਗ ਕਰਦੇ ਸੀ ਹਾਂਜੀ ਤੇ ਉਹਨਾਂ ਨੇ ਫਿਰ ਗਏ ਸੀਗੇ ਉਹ ਹਾਂਜੀ ਹਾਂਜੀ ਉਹਨਾਂ ਨੇ ਕਹਿ ਸੀ ਵੀ ਸਾਡੀ ਧੀ ਆ ਹਾਂਜੀ 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 ਇਹੋ ਸਿੱਖੀ ਆ ਦਾ ਡੇਲੀ ਪਰਮਾਤਮਾ ਕੀ ਕੀ ਆ ਕੀ ਆ ਉਹ ਵਰਡ ਜੇ ਤੁਸੀਂ ਡਿਫਾਈਨ ਕਰਨਾ ਪਰ ਅਸਲੀ ਚ ਲੋਕ ਜਿਹੜੇ ਨੇ ਹੁਣ ਦੁਨਿਆਵੀ ਆ ਨਾ ਉਹਨਾਂ ਨੂੰ ਇਹ ਚੀਜ਼ ਨਹੀਂ ਸਮਝ ਆਉਣੀ ਉਹ ਜਿਹੜੇ ਸਾਡੇ ਮਾਪਿਓ ਨੇ ਉਹ ਉਹਨਾਂ ਨੂੰ ਹੀ ਮਾਪਿਓ ਸਮਝਦੇ ਨੇ ਅਸਲੀ ਜਿਹੜਾ ਪਰਮਾਤਮਾ ਉਹੀ ਮਾਤਾ ਆ ਉਹੀ ਪਿਤਾ ਆ ਇਹ ਹੀ ਮਹਿਮੰਦ ਹੈ ਹਾਂਜੀ ਕਿਉਂਕਿ ਜਿਹੜੇ ਸਾਡੇ ਮਾਂ ਦਾ ਪਿਤਾ ਨੇ ਉਹਨਾਂ ਨੂੰ ਵੀ ਉਹਨੇ ਹੀ ਜੰਮਿਆ ਮੰਨ ਲਓ ਅੱਜ ਕਿਸੇ ਜਨਾਨੀ ਦਾ ਬੱਚਾ ਨਹੀਂ ਹੁੰਦਾ ਹਣਾ ਹਾਂਜੀ ਉਹ ਅਰਦਾਸਾਂ ਕਰਦੀ ਆ ਰੱਬ ਕੋ ਹਮ ਹਣਾ ਵੀ ਪ੍ਰਮਾਤਮਾ ਨੂੰ ਬੱਚਾ ਦੇ ਇਹਦਾ ਮਤਲਬ ਹੈ ਕਿ ਪ੍ਰਮਾਤਮਾ ਜਿਹਨੂੰ ਦਿੰਦਾ ਉਹਦੇ ਹੁੰਦਾ ਨਾ ਜਿਹਨੂੰ ਨਹੀਂ ਦਿੰਦਾ ਉਹ ਜਨਾਨੀ ਕਰਕੇ ਵਿਖਾਵੇ ਨਹੀਂ ਕਰ ਸਕਦੀ ਤੇ ਕਰਤਾ ਧਰਤਾ ਜਿਹੜਾ ਉਹ ਪ੍ਰਮਾਤਮਾ ਹੈ ਹਮ ਸ਼ਕਤੀ ਉਹ ਹਮ ਹਾਂਜੀ ਇੱਕ ਰੋਸ਼ਨੀ ਆ ਨਾ ਚਾਨਣ ਹੀ ਚਾਨਣ ਉਹਦੇ ਸੱਚ ਹੀ ਸੱਚ ਹੈ ਝੂਠ ਨਹੀਂ ਹੈਗਾ ਹਮ ਇਹ ਗੱਲ ਤੇ ਬਾਕੀ ਅਕਾਲਪੁਰਖ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਦੁਨੀਆਂ 'ਚ ਕੋਈ ਨਹੀਂ ਕਰ ਸਕਦਾ ਕਿਉਂਕਿ ਮਹਾਰਾਜ ਸਮਝ ਤੋਂ ਪਰੇ ਆ ਹੂੰ ਜਿਹੜੇ ਅੱਜਕੱਲ ਕੇਸ ਘਟਾ ਲੈਂਦੇ ਆ ਜਾਂ ਸਿੱਖੀ ਤੋਂ ਆਪਣੀ ਹਿਸਟਰੀ ਨਹੀਂ ਪੜਦੇ ਆ ਸਿੱਖੀ ਤੋਂ ਦੂਰ ਜਾਂਦੇ ਆ ਉਹਨਾਂ ਨੂੰ ਤੁਸੀਂ ਜਦੋਂ ਵੇਖਦੇ ਹੋ ਤੁਸੀਂ ਸਮਝਾਣੇ ਉਹਨਾਂ ਨੂੰ ਕੀ ਕਹਿੰਨੇ ਹੋ ਜਾਂ ਤੁਹਾਨੂੰ ਕੀ ਲੱਗਦਾ ਹੈ ਉਦੋਂ ਕਿਦਾਂ ਦੀ ਫੀਲ ਆਉਂਦੀ ਹੈ ਨਾ ਕਿਉਂਕਿ ਬੰਦੇ ਨੂੰ ਦਰਦ ਹੁੰਦਾ ਨਾ ਕਪੜਾ ਵੀ ਹੁਣ ਜੋ ਸਿੱਖਿਆ ਉਹ ਇਹੋ ਹੀ ਪਤਾ ਲੱਗਦਾ ਹੈ ਵੀ ਜੇ ਕੋਈ ਸਾਰਾ ਕੁਝ ਅਕਾਲਪੁਰਖ ਦੇ ਪਾਣੇ ਦੇ ਵਿੱਚ ਹੋ ਰਿਹਾ ਜੋ ਹੰਡਿਆ ਉਹਦੇ ਪਾਣੇ ਚੋਂ ਡਿਆ ਤੇ ਪਾਣੇ ਤੋਂ ਬਾਹਰ ਕੁਝ ਨਹੀਂ ਹੰਡਿਆ ਉਹਦਾ ਇਹ ਹੁੰਦਾ ਵੀ ਉਹਨਾਂ ਦੇ ਕੋਈ ਕਰਮ ਮਾੜੇ ਸੀਗੇ ਪੁਰਾਣੇ ਜਿਹੜੇ ਉਹਨਾਂ ਨੇ ਪਾਪ ਕਮਾਏ ਸੀ ਸਿੱਖੀ ਵਿੱਚ ਨਾ ਕੁਆਲਿਟੀ ਚਾਹੀਦੀ ਹੈ ਕਪੈਸਿਟੀ ਨਹੀਂ ਚਾਹੀਦੀ ਜ਼ਿਆਦਾ ਨਹੀਂ ਚਾਹੀਦੀ ਵਧੀਆ ਹੋਣਗੇ ਉਹਨਾਂ ਨੂੰ ਸਿੱਖੀ ਮਿਲੂਗੀ ਜਿਨ੍ਹਾਂ ਤੇ ਵਰਾਗ ਹੋਏਗਾ ਅੰਦਰ ਗੁਰੂ ਮਾਰੇ ਤਰਸ ਕਰਦੇ ਨੇ ਉਹਨਾਂ ਨੂੰ ਸਿੱਖੀ ਮਿਲ ਜਾਣੀ ਹੁਣ ਕਈਆਂ ਲੱਗਣਾ ਵੀ ਯਾਰ ਇਹ ਬੰਦੇ ਦੇ ਕਰਮ ਹੀ ਬੜੇ ਮਾੜੇ ਆ ਮਯਾ ਵੀ ਕੱਲ ਪਰਸੋਂ 2 ਸਾਲ ਬਾਅਦ ਉਹਦਾ ਜੀਵਨ ਹੀ ਹੋਰ ਹੋ ਜੀ ਉਹ ਤਾਂ ਕਰਕੇ ਕਿ ਉਹਦੇ ਪੁਰਾਣੇ ਕਰਮ ਜਿਹੜੇ ਉਹ ਜਾ ਗਏ ਨੇ ਉਹਨੇ ਕੋ ਚੰਗੇ ਕਮਾਏ ਹੋਣਗੇ ਉਹਨੂੰ ਸਿੱਖੀ ਮਿਲ ਗਈ ਹੈ ਹੂੰ ਕਈਆਂ ਨੂੰ ਆਪਾਂ ਕਹਿੰਦੇ ਯਾਰ ਇਹ ਬਾਣੀ ਬੜੀ ਪੜਦਾ ਸੀ ਇਹਨੇ ਵਾਲ ਕਟਾਤੇ ਉਹ ਤਾਂ ਕਰਕੇ ਕਿਉਂਕਿ ਉਹਦੇ ਉਹਨੇ ਹੀ ਚੰਗੇ ਸੀ ਹਨ ਮਾੜੇ ਆ ਗਏ ਉਹਦੇ ਉਹਦੇ ਕੋਈ ਨਹੀਂ ਰਹੀ ਮਾਰੇ ਨੇ ਲੈ ਲਈ ਹੂੰ ਤੇ ਇਦਾਂ ਹੀ ਆਂ ਵੀ ਇਹ ਤੇ ਜਿਹੜਾ ਰੱਬ ਦਾ ਨਾਮ ਜਪੇਗਾ ਅਰਦਾਸ ਕਰਨੀ ਪੈਂਦੀ ਹੈ ਅਰਦਾਸ ਸਭ ਜਿਹੜੀ ਸ਼ਕਤੀ ਹੈ ਜਿਹੜਾ ਅਰਦਾਸ ਕਰੇਗਾ ਵੀ ਗੁਰੂ ਮਹਾਰਾਜ ਕਿਰਪਾ ਕਰੋ ਅਟਾ ਜੰਮਣ ਮਨੋਂ ਖਤਮ ਕਰ ਦਿਓ ਹਨਾ ਕੀ ਪਤਾ ਸੀ ਕਿੰਨੀਆਂ ਜੂਨਾਂ ਤੋਂ ਭਟਕ ਰਹੇ ਆ ਆ ਜੀਵਨ ਅਸੀਂ ਤੁਹਾਡੇ ਨਾਲ ਆਉਣਾ ਚਾਹੁੰਦੇ ਆ ਇਹਨਾਂ ਨੂੰ ਬਚਾ ਲਓ ਹੂੰ ਫਿਰ ਗੁਰੂ ਮਹਾਰਾਜ ਤਰਸ ਕਰ ਦਿੰਦੇ ਨੇ ਇਹ ਗੱਲ ਆ ਜੀ ਤੇ ਜੇ ਕੋਈ ਕਰਤਾ ਹੁੰਦਾ ਵੀ ਆ ਤੇ ਉਹਦੀ ਗੱਡੀ ਇਹੋ ਹੀ ਆ ਵੀ ਤੁਸੀਂ ਕੋਈ ਤੁਹਾਡੇ ਮਾੜੇ ਕਰੋਨੇ ਤੁਸੀਂ ਖੁਦ ਅਰਦਾਸ ਕਰੋ ਵੀ ਵਾਹਿਗੁਰੂਾਨੂੰ ਸਿੱਖੀ ਬਖਸ਼ ਦਿਓ ਹੂੰ ਹਨਾ ਕਿਉਂਕਿ ਇਹ ਜੂਨਾਂ ਵਿੱਚ ਭਟਕਣਾ ਪੈਂਦਾ 84 ਲੱਖ ਜੂਨ ਕੀ ਬਦ ਅਗਲੀ ਕਿਹੜੀ ਮਿਲਣੀ ਕਦੋਂ ਇਨਸਾਨ ਦੀ ਜੁਨ ਸਭ ਤੋਂ ਵਧੀਆ ਵੀ ਸ਼ੈਤਾਨ ਦੀ ਜੁਨ ਵੀ ਹੈ ਤੇ ਭਗਵਾਨ ਦੀ ਜੁਨ ਵੀ ਹੈ ਜੇ ਤੁਸੀਂ ਮਾੜੇ ਕਰਮ ਕਰਨ ਲੱਪੇ ਤੁਹਾਡੀ ਬੁੱਧੀ ਮਲੀਨ ਹੋ ਗਈ ਤੁਸੀਂ ਲੋਕਾਂ ਨਾਲ ਪਾਪ ਹੀ ਕਮਾਈ ਜਾਣਾ ਤੇ ਲੋਕਾਂ ਨੂੰ ਮਲਗੀ ਇਹ ਸੋਚਣਾ ਹਰ ਕਾਮ ਬਾਰੇ ਸੋਚਣਾ ਲੋਕਾਂ ਨੂੰ ਮਾਰਨ ਬਾਰੇ ਸੋਚਣਾ ਤੁਸੀਂ ਸ਼ੈਤਾਨ ਜੀ ਹਮ ਜੇ ਤੁਸੀਂ ਵਾਹਿਗੁਰੂ ਵਾਹਿਗੁਰੂ ਜਪਨਾ ਚੰਗੇ ਕਰਮ ਕਮਾਉਣੇ ਹਰ ਕਿਸੇ ਦਾ ਭਲਾ ਕਰਨਾ ਤੇ ਭਗਵਾਨ ਜੀ ਇਹ ਜੀ ਏ ਉਹ ਹੀ ਆ ਵੀ राम 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 ਜਪੀ ਜਾਓ ਕਿ ਕਿ राम ਉਹ ਕਾਲਪੁਰਖ ਦਾ ਨਾਮ ਜਪਣ ਲਈ ਵਾਹਿਗੁਰੂ ਦਾ ਨਾਮ ਜਪਣ ਲਈ ਇਹ ਜਿਹੜਾ ਜੀਵਨ ਮਿਲਿਆ ਹਾਂਜੀ ਉਹ ਹੀ ਨਾਲ ਜਾਣਾ ਹੈ ਉਹਨੇ ਹੀ ਬਚਾਉਣਾ ਹੈ ਤੁਸੀਂ ਦੇਖੋ ਜਦੋਂ ਮੰਨ ਲਓ ਵੀ ਕੋਈ ਬਹੁਤ ਪੈਸੇ ਕਮਾਏ ਨੇ ਹਾਂ ਜਦੋਂ ਮਰ ਜਾਂਦਾ ਸਭ ਪੈਸੇ ਇੱਥੇ ਹਾਂ ਭਾਵੇਂ ਮੰਨ ਲਓ ਕੱਲ ਉਹਦੀ ਲੋਟਰੀ ਨਿਕਲੀ ਪਰਸੋਂ ਮਰ ਗਿਆ ਹਾਂ ਫਾਇਦਾ ਗਿਆ ਹਾਂ ਪਿੱਛੇ ਤਾਂ ਰਹਿ ਗਏ ਜਿਹੜੇ ਪਿੱਛੇ ਨੇ ਉਹਨਾਂ ਨੇ ਮਰ ਮਾਰੇ ਸਾਰੇ ਨਹੀਂ ਜਾਣਾ ਕਰਮ ਲੈ ਕੇ ਜਾਂਦਾ ਹਾਂ ਜੋ ਤੁਸੀਂ ਕਮਾਈ ਪੁੰਦਗੀ ਦੀ ਕੀਤੀ ਭਜਨ ਦੀ ਕੀਤੀ ਉਹ ਨਾਲ ਜਾਂਦੀ ਉਹ ਬਚਾਉਂਦੀ ਆ ਹਮ ਹਮ ਭਾਵੇਂ ਕੋਈ ਵੀ ਧਰਮ ਹੋਵੇ ਹਮ ਨਾਮ ਵੱਖਰੇ ਵੱਖਰੇ ਆ ਨਾ ਰੱਬ ਕੋਈ ਵੀ ਜਪ ਲਓ ਤੁਸੀਂ ਵਾਇਗਰੂ ਵਾਇਗਰੂ ਜਪ ਲਓ ਰਾਮ ਰਾਮ ਜਪ ਲਓ ਅੱਲਾ ਅੱਲਾ ਜਪ ਨਾ ਮੰਮੀ ਖੁਦਾ ਜਪ ਲਓ ਕੁਝ ਵੀ ਕਹਿ ਲਓ ਕੁਝ ਵੀ ਰਿਸ਼ਤਾ ਤਾਂ ਉਹੀ ਆ ਨਾ ਹਾਂਜੀ ਮਾਂ ਦਾ ਹੀ ਆ ਹਾਂਜੀ ਉਹੀ ਬਸ ਉਹ ਲੈਂਗੁਏਜ ਦੇ ਹਿਸਾਬ ਨਾਲ ਵੱਖਰੇ ਵੱਖਰੇ ਨਾਮ ਰੱਖ ਦਿੱਤੇ ਗਏ ਉਹ ਕੁਝ ਮੈਟਰ ਨਹੀਂ ਕਰਦਾ ਮੈਟਰ ਇਹ ਹੀ ਕਰਦਾ ਹੈ ਵੀ ਤੁਸੀਂ ਉਸ ਪਰਮਾਤਮਾ ਦਾ ਨਾਮ ਕਿੰਨਾ ਕੁ ਜਪ ਰਹੇ ਹੋ ਉਹਨੂੰ ਯਾਦ ਕਿੰਨਾ ਕਰਦੇ ਕਰਨਾ ਤੇ ਉਹਨੂੰ ਯਾਦ ਆ ਕਿਸੇ ਬਾਹਨੇ ਗੱਲ ਰਾਮ ਕਹਿ ਲੋ ਤਾਂ ਵੀ ਹੋਈ ਹੈ ਵਾਇਗੁਰੂ ਕਹਿ ਲੋ ਤਾਂ ਵੀ ਹੋਈ ਹੈ ਅੱਲਾ ਕਹਿ ਲੋ ਤਾਂ ਵੀ ਹੋਈ ਹੈ ਖੁਦਾ ਕਹਿ ਲੋਈ ਹੈ ਹੂੰ ਉਹਨੂੰ ਯਾਦ ਕਰਨਾ ਬਸ ਮੈਨੂੰ ਬਹੁਤ ਪੋਜ਼ਿਟਿਵ એનર્ਜੀ ਆ ਰਹੀ ਹੈ ਦਾ ਹੁੰਦਾ ਨਾ ਇੱਕ એનર્ਜੀ ਆਪਾਂ ਐਕਸਚੇਂਜ ਕਰਦੇ ਆਂ ਹਾਂ ਜਿੱਦਾਂ ਦੇ ਆਪਾਂ ਬੰਦੇ ਨਾਲ ਬੈਠਦੇ ਆਂ ਪੋਜ਼ਿਟਿਵ ਨਾਲ ਬੈੰਨੇ ਆ ਪੋਜ਼ਿਟਿਵ એનર્ਜੀ ਆਉਂਦੀ ਆਂ ਨੈਗੇਟਿਵ ਨਾਲ ਬੈੰਨੇ ਆ ਉਹੀ ਕਹਿੰਦੇ ਆਂ ਨਾ ਸੰਗਤ ਸੰਗਤ ਬੜਾ ਸਿੱਖੀ ਵਿੱਚ ਸੰਗਤ ਬਹੁਤ ਜ਼ਰੂਰੀ ਆ ਕਿਉਂਕਿ ਕਲ ਜੂਗਾ ਨਾ ਤੇ ਇਹਦੇ ਵਿੱਚ ਜੇ ਤੁਸੀਂ ਸੰਗਤ ਨਹੀਂ ਕਰੋਗੇ ਤੇ ਫਿਰ ਤੁਹਾਨੂੰ ਪਰਮਾਤਮਾ ਦਾ ਰੰਗ ਨਹੀਂ ਚੜਨਾ ਜੇ ਇਹਦੀ ਮਾੜੇ ਲੋਕਾਂ ਨਾਲ ਰਹੋਗੇ ਤੁਸੀਂ ਓਦਾਂ ਦੇ ਹੀ ਹੋ ਹੀ ਜਾਣਾ ਜਿਹਨੇ ਪਰਚੀ ਚੰਗੇ ਲਈ ਜਾਣ ਇਹ ਸੰਗਤ ਕਰਨੀ ਸੇਵਾ ਕਰਨੀ ਤੇ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ। ਹੂੰ ਉਹਨਾਂ ਹੀ ਤੁਹਾਡਾ ਬਚਾਅ ਹੈ। ਹੂੰ ਤੇ ਇਦਾਂ ਹੀ ਗੁਰੂ ਮਾਰੀ ਦੀ ਬੜੀ ਕਿਰਪਾ ਮੇਰੇ ਨਾਲ ਹੁਣ ਕਈ ਵੀਰ ਨੇ ਜਿਹੜੇ ਹਿੰਦੂ ਫੈਮਿਲੀ ਚ ਨੇ ਹਨਾ ਤੇ ਉਹ ਜਿੱਦਾਂ ਮਤਲਬ ਕਿ ਉਹਨਾਂ ਦਾ ਮਨ ਆ ਵੀ ਸਿੱਖ ਬਣ ਪਰ ਆਪਾਂ ਇਹੋ ਕਹਿੰਨੇ ਵੀ ਹੁਣ ਉਹਨਾਂ ਦੇ ਕਰਮ ਹੋਣਗੇ ਕੋਈ ਕੋਈ ਮਾਰੇ ਦੇ ਪੁਰਾਣੇ ਸਿੱਖ ਹੋਣਗੇ। ਪਰ ਉਹਨਾਂ ਦਾ ਆਪਾਂ ਇਹ ਕਹਿੰਦੇ ਆ ਵੀ ਆਪਣੇ ਧਰਮ ਵਿੱਚ ਪੱਕੇ ਰਹੋ। ਹੂੰ ਹਾਂ ਨਾ ਪਰ ਉਹਨਾਂ ਦੇ ਹੁਣ ਕੀ ਕਰਮ ਨੇ ਉਹਨਾਂ ਦਾ ਗੁਰੂ ਮਹਾਰੇ ਨਾਲ ਕੀ ਪ੍ਰੇਮ ਹੈ ਮੈਂ ਬਿਆਨ ਨਹੀਂ ਕਰ ਸਕਦਾ ਹੁਣ ਮੇਰੇ ਇਦਾਂ ਦੇ ਇੱਕ ਰਾਜਪੂਤ ਮੇਰਾ ਭਰਾ ਹੀ ਹੈ ਆਪਣਾ ਤੇ ਉਹ ਮਹਾਰਾਸ਼ਟਰ ਚ ਪੜ ਰਿਹਾ ਓਕੇ ਜਿੰਨਾ ਉਹ ਗੁਰੂ ਗੋਬਿੰਦ ਸਿੰਘ ਮਹਾਰੇ ਨੂੰ ਪਿਆਰ ਕਰਦਾ ਹੈ ਨਾ ਤੇ ਮੈਂ ਮਤਲਬ ਕਿ ਉਹ ਰਵਾ ਦਿੰਦਾ ਵਰਾਗ ਆ ਜਾਂਦਾ ਸਿਰਫ ਮਹਾਰੇ ਮਾਰੇ ਹੀ ਕਰਦਾ ਰਹਿੰਦਾ ਇੰਨਾ ਜਿਆਦਾ ਪਿਆਰ ਕਰਦਾ ਕੀ ਬਦੋ ਮਹਾਰੇ ਦਾ ਉਹਦੇ ਕੋ ਕੀ ਮਹਾਰੇ ਕਰਮ ਹੋ ਗਏ ਉਹ ਕਿੰਨਾ ਕਿ ਮਹਾਰੇ ਦਾ ਸਿੱਖ ਪ੍ਰੇਮੀ ਜੀ ਤੇ ਇਦਾਂ ਦੇ ਬੜੇ ਨੇ ਬੜਿਆਂ ਦੀ ਮਤਲਬ ਕੀ ਵੇਖ ਕੇ ਉਹਨਾਂ ਦਾ ਜੀਵਨ ਬਦਲਿਆ ਕਨੈਕਟ ਕਰ ਪਾਉਂਦੇ ਆ ਨਾ ਲੋਕ ਮੈਂ ਵੀ ਹੁਣ ਜਿਵੇਂ ਮੰਦਰ ਬਹੁਤ ਘਟ ਗਿਆ ਹੈ ਗੁਰਦੁਆਰੇ ਹੀ ਜੰਨਤ ਉਹ ਕਨੈਕਟੀਵਿਟੀ ਪਤਾ ਨਹੀਂ ਕਿਉਂ ਉਹ ਯਾ ਬਚਪਨ ਤੋਂ ਪੰਜਾਬ ਚ ਹੀ ਰਹਿਣਾ ਮੈਂ ਤਾਂ ਕਰਕੇ ਸ਼ਾਇਦ ਇਹ ਪਰ ਮੰਦਰ ਬਹੁਤ ਘਟ ਕੱਦੀ ਮਤਲਬ ਉਹਦਾ ਫੈਮਿਲੀ ਨਾਲ ਚੱਲ ਜੇ ਪਤਾ ਨਹੀਂ ਕਿਉਂ ਕਨੈਕਸ਼ਨ ਫੀਲ ਹੁੰਦਾ ਰੱਬ ਦਾ ਇੱਕੋ ਹੀ ਆ ਪਰ ਅੱਪਾ ਜਦੋਂ ਗੁਰਦੁਆਰੇ ਜਾਂਦੇ ਉਹ ਡਿਫਰੈਂਟ ਫੀਲ ਹੁੰਦਾ ਪਤਾ ਨਹੀਂ ਕਿਉਂ ਕੋਈ ਪੁਰਾਣੇ ਸਮੇਂ ਦੇ ਕਰਮ ਹੋਣਗੇ ਜਿਹੜੋ ਅੱਪ ਕੀ ਪਤਾ ਨਹੀਂ ਸਿੱਖੋ ਹਣ ਜਿੱਦਰ ਨੂੰ ਦੇਖੋ ਆਪਣਾ ਕਈ ਜਿਹੜੇ ਬਾਹਰ ਦੇ ਬੰਦੇ ਨੇ ਜਿੱਦਾਂ ਹਣ ਮੈਂ ਕੁੱਕਰ ਦਾ ਕਹਿਣਾ ਮੇਰਾ ਭਰਾ ਹੈ ਤੇ ਉਹਦੇ ਨਾਲ ਮੇਰਾ ਬਹੁਤ ਪਿਆਰ ਹੈ ਆਪਣੇ ਨਾਲੋਂ ਜ਼ਿਆਦਾ ਉਹ ਦਿਨ ਮੇਰਾ ਪੁਰਾਣਾ ਹੀ ਪਿਆਰ ਆ ਤਾਂ ਕਰਕੇ ਉਹ ਮਤਲਬ ਕਿ ਮਿਲਦਾ ਹੈ ਉਹ ਮਤਲਬ ਕਿ ਉਧਰ ਹੀ ਰਹਿਣਾ ਉਹਦੇ ਨਾਲ ਹੀ ਰਹਿਣਾ ਨਾ ਹਾਂ ਤੇ ਜਿਹੜੇ ਹੁਣ ਮੇਰਾ ਪਰਿਵਾਰ ਆ ਉਹ ਮੈਨੂੰ ਨਵੇਂ ਮਿਲੇ ਨੇ ਉਹਨਾਂ ਨਾਲ ਉਹ ਪਿਆਰ ਨਹੀਂ ਬੰਦਦਾ ਹਾਂ ਇਹ ਗੱਲ ਹਾਂ ਸਹੀ ਗੱਲ ਹੈ ਇਦਾਂ ਕਈ ਰੂਹਾਂ ਹੁੰਦੀਆਂ ਜਦੋਂ ਤੁਸੀਂ ਕਿਸੇ ਨੂੰ ਦੇਖ ਲਓ ਤੁਸੀਂ ਕਹਿੰਦੇ ਯਾਰ ਇਹ ਮੇਰਾ ਹੀ ਹੈ ਉਹ ਦਿਨਾਂ ਕੋਈ ਤੁਹਾਡਾ ਪੁਰਾਣਾ ਹੀ ਆ ਫੀਲਿੰਗ ਉਹਦਾ ਸੇਮ ਜੀਆਂ ਚੀਜ਼ਾਂ ਉਹ ਹਾਂ ਹੋਣ ਲੱਗ ਆਪੇ ਹੀ ਹੋਣ ਲੱਪੰਦਾ ਸਭ ਤੋਂ ਪਹਿਲਾਂ ਤੇ ਜਿਹੜੇ ਸਿੱਖ ਨੇ ਉਹ ਪਹਿਲਾਂ ਆਪਣੇ ਘਰ ਵਾਪਸ ਆਉਣ ਆਪਣੇ ਕੇਸ ਰੱਖਣ ਦਾੜਾ ਰੱਖਣ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖਣ ਤੇ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੋਟੋ ਵੇਖ ਲੈਣ ਵੀ ਜੋ ਮਹਾਰਾਜ ਨੇ ਧਰਮ ਚਲਾਇਆ ਸੀ ਜਿਹੜਾ ਲਾਜ਼ਮੀ ਆ ਕੀ ਉਹਦਾਂ ਦੇ ਹੈਗੇ ਸਹੀ ਗੱਲ ਹੈ ਪਹਿਲਾਂ ਆਪਣਾ ਕਿਉਂਕਿ ਸਭ ਤੋਂ ਵੱਡੀ ਗੱਲ ਮਹਾਰਾਜ ਨੇ ਕੇਸ ਦਿੱਤਾ ਦਾੜਾ ਦਿੱਤਾ ਅੰਮ੍ਰਿਤ ਬਖਸ਼ਿਆਣਾ ਤੇ ਮਹਾਰਾਜ ਨੇ ਸਾਨੂੰ ਦੂਜੇ ਕੱਪੜੇ ਲਵਾ ਕੇ ਬਾਣਾ ਦਿੱਤਾ ਹੂੰ ਪੈਂਟ ਕਮੀਜ਼ਾਂ ਨਹੀਂ ਦਿੱਤੀਆਂ ਇਹਦੇ ਗੋਰੀਆਂ ਨੇ ਦਿੱਤੀਆਂ ਹੂੰ ਫਿਰ ਮਾਰੇ ਨੇ ਉਹਨੂੰ ਦਮਾਲਾ ਦਿੱਤਾ ਨਾ ਹਨ ਪੱਗ ਦਿੱਤੀ ਨਹੀਂ ਇਹ ਵੀ ਗੋਰੀਆਂ ਨੇ ਦਿੱਤੀ ਹਾਂ ਪਹਿਲੋ ਜੀ ਵੇਖੀਏ ਵੀ ਅਜੀ ਜਿਸ ਗੁਰੂ ਨੇ ਸਾਡੇ ਲਈ ਸ਼ਹਾਦਤਾਂ ਦਿੱਤੀਆਂ ਨੇ ਇਹਨਾਂ ਕੁਝ ਕੀਤਾ ਆ ਐਂ ਧੋਖੇबाज ਵੀ ਜੋ ਆਨੂੰ ਦੇਖ ਕੇ ਗਏ ਇਹ ਉਹਦੇ ਪੂਰੇ ਹੀ ਨਹੀਂ ਆ ਅਸੀਂ ਛੱਡਤਾ ਹਨਾ ਤਾਂ ਯੂ ਅੱਜ ਲੋਕੀ ਬਹੁਤ ਦੁਖੀ ਨੇ ਸਿੱਖ ਦੁਗੀ ਤਾਂ ਨਹੀਂ ਕਿਉਂਕਿ ਆਪਣੇ ਗੁਰੂ ਤੋਂ ਬੇਮੁਖ ਹੋ ਚੁੱਕੇ ਨੇ ਹਾਂ ਉਹ ਧਰਮ ਦਾ ਪ੍ਰਤੀਕ ਰੱਖਿਆ ਉਹਨਾਂ ਨੇ ਹਾਂ ਜੀ ਹੁਣ ਅਜੀਬ ਜਗ੍ਹਾ ਦੇ ਕੋਈ ਕੁਝ ਵੀ ਨਾ ਹੋਵੇ ਐ ਖੁਸ਼ੀਆਂ ਨੂੰ ਕੋਈ ਤੰਗੀ ਨਹੀਂ ਕਿਉਂਕਿ ਇਹਦੇ ਮਨ ਖੁਸ਼ੀਆਂ ਅੰਦਰ ਸੰਤੁਸ਼ਟ ਹੈ ਹੂੰ ਕੋਈ ਜਿੱਡਾ ਮਰਜੀ ਅਮੀਰ ਹੋਵੇ ਜਿੱਡਾ ਮਰਜੀ ਗਰੀਬ ਹਨ ਕੋਈ ਲੈਣਾ ਦੇਣਾ ਹੀ ਨਹੀਂ ਕਿਸੇ ਨਾਲ ਸਾਡੇ ਮਨ ਵਿੱਚ ਕਦੀ ਆਉਂਦਾ ਹੀ ਨਹੀਂ ਵੀ ਇਹ ਕੀ ਹੈ ਕਿਉਂਕਿ ਆਨ ਨੂੰ ਜੋ ਮਾਰਾਇ ਨੇ ਸਭ ਤੋਂ ਦੇਣ ਵਾਲੀ ਚੀਜ਼ ਸੀ ਜੋ ਨਹੀਂ ਮਿਲਦੀਗੇ ਇਹਨੂੰ ਉਹ ਆਨ ਦਿੱਤੀ ਹੈ ਹੂੰ ਇਹ ਗੱਲ ਜਿਹੜਾ ਆਪਣੇ ਗੁਰੂ ਦੇ ਨਾਲ ਪੂਰਾ ਨਹੀਂ ਆ ਮਹਾਰੇ ਦੇ ਬਚਨਾਂ ਦੇ ਪੂਰਾ ਨਹੀਂ ਆ ਉਹ ਸਦਾ ਦੁਖੀ ਰਹੂਗਾ ਭਾਵੇਂ ਜੋ ਮਰਜੀ ਗੱਲ ਹੈ ਭਾਵੇਂ ਉਹ ਬਿਰਲਾ ਟਾਡਾ ਭਾਂਜੇ ਉਹਨੂੰ ਦੁੱਖ ਰਹਿਣਾ ਸੁੱਖ ਨਹੀਂ ਹੋਣਾ ਸੁੱਖ ਉਹਨੂੰ ਉਹਦੇ ਹੀ ਆਉਣਾ ਤੇ ਇਹ ਨਾ ਮੇਰਾ ਜਿਹੜਾ ਦੋਸਤ ਆ ਮੈਂ ਉਹਦਾ ਚਲੋ ਨਾਂ ਤੇ ਨਹੀਂ ਲੈਣਾ ਚਾਹੁੰਦਾ ਜਿਹੜਾ ਰਾਜਪੂਤ ਆ ਉਹ ਕਹਿੰਦਾ ਵੀ ਉਹ ਕੇਸ ਨਹੀਂ ਕਤਲ ਕਰਾਉਣਾ ਚਾਹੁੰਦਾ ਉਹਦੇ ਘਰ ਜਾਂਦੇ ਤੇ ਉਹ ਬੇਦਖਲ ਕਰ ਦੇਣਾ ਉਹ ਕਹਿੰਦਾ ਜਦੋਂ ਮੇਰੇ ਕੇਸ ਨਾਲ ਹੀ ਕਤਲ ਕਰਦਾ ਨਾ ਉਹ ਬਦਰੋਂਦਾ ਰੋਂਦਾ ਰਹਿੰਦਾ ਉਹ ਕਹਿੰਦਾ ਵੀ ਮਾਰੇ ਕੋਈ ਇਦਾਂ ਦਾ ਕਰ ਦੇ ਵੀ ਮਤਲਬ ਕਿ ਸਾਰਾ ਕੁਝ ਹੀ ਲੱਗ ਹੋ ਜੇ ਵੇਖ ਲਓ ਹਿੰਦੂ ਧਰਮ ਦਾ ਰਾਜਪੂਤਾ ਨਾ ਇਸ ਜਨਮ ਚ ਤੇ ਰਾਜਪੂਤ ਹੀ ਹੈ ਨਾ ਤੇ ਵੇਖੋ ਕੀ ਚੀਜ਼ ਹੋ ਗਈ ਹੈ ਨਾ ਉਹ ਮਤਲਬ ਕਿ ਇਦਾਂ ਦੀਆਂ ਗੱਲਾਂ ਕਰਦਾ ਵੀ ਵਿਰਾਗ ਆਇਆ ਜੁੜ ਗਿਆ ਕੋਈ ਹੋਣਗੇ ਉਹਦੇ ਪ੍ਰਾਣਾ ਕੋਈ ਬਹੁਤ ਜ਼ਿਆਦਾ ਪਿਆਰ ਹੋਊਗਾ ਉਹ ਤੇ ਉਹ ਹੀ ਜਾਣਦਾ ਤੇ ਇੰਨੇ ਕੋਈ ਸਿੱਖ ਵੀ ਨਹੀਂ ਮਾਰੇ ਨੂੰ ਗੱਲ ਹੀ ਨਹੀਂ ਕਰਦੇ ਗਈ ਕਈ ਹੁਣ ਤੁਸੀਂ ਕਹੋਗੇ ਉਹਨਾਂ ਨੇ ਕਹਿਣਾ ਵੀ ਜਿਨ੍ਹਾਂ ਨੇ ਪੁੱਠੀਆਂ ਸਿੱਧੀਆਂ ਕਰਨੀਆਂ ਉਹਨਾਂ ਨੇ ਪੁੱਠੀਆਂ ਸਿੱਧੀਆਂ ਹੀ ਮੋੜ ਘੋੜ ਕੇ ਗੱਲ ਉੱਥੇ ਆ ਜਾਂਦੀ ਵੀ ਜਿਹਨੂੰ ਮਾਰੇ ਦਵੇ ਆਪਣੀ ਸਿੱਖੀ ਹਾਂਜੀ ਉਹਨੂੰ ਮਿਲਦੀ ਆ ਜਿਹਨੂੰ ਨਾ ਦਵੇ ਉਹਨੂੰ ਨਹੀਂ ਮਿਲਨੀ ਭਾਵੇਂ ਸਿੱਖਾਂ ਘਰੇ ਜੰਮਿਆ ਤੇ ਭਾਵੇਂ ਮੁਸਲਮਾਨਾਂ ਘਰੇ ਭਾਵੇਂ ਹਿੰਦੂਆਂ ਘਰੇ ਇੱਕ ਪਰਮਾਤਮਾ ਨੇ ਹੀ ਸਾਰਿਆਂ ਨੂੰ ਬਣਾਇਆ ਤੇ ਜਿਹੜਾ ਚੰਗੇ ਕਰਮ ਕਰਦਾ ਉਸ ਵਾਇਗੁਰੂ ਦਾ ਨਾਮ ਲੈਂਦਾ ਉਹਦੇ ਨਾਲ ਜੋੜਦਾ ਉਹ ਚੰਗਾ ਆ ਜਦੋਂ ਕੋਈ ਚੰਗਾ ਹੋਊਗਾ ਨਾ ਉਹਨੂੰ ਮਾੜੇ ਸੁੱਟਣਗੇ ਕਿਉਂਕਿ ਉਹਨਾਂ ਦੁਨੀਆ ਜੁੜਦੀ ਆ ਠੀਕ ਹੈ ਜੀ ਆਪਣਾ ਧਰਮ ਦੇ ਵਿੱਚ ਨਹੀਂ ਹੈਗੇ ਕਿ ਜਿਹੜਾ ਬੰਦਾ ਹੁਣ ਜਿੱਦਾਂ ਮੈਂ ਟਿਕਟ ਤੇ ਇੰਸਟਾਗ੍ਰਾਮ ਤੇ ਕਈ ਰੀ ਸਟੋਰੀ ਪੋਣਾ ਨਾ ਇੱਕ ਪ੍ਰੇਮਾਨ ਅੰਦਰ ਸ਼ਾਇਦ ਉਹਨਾਂ ਦਾ ਨਾ ਆਣ ਹਾਂਜੀ ਉਹ ਹਿੰਦੂ ਧਰਮ ਦੇ ਨੇ ਹਨ ਉਹਨਾਂ ਨੇ ਕੇਸ ਵੀ ਰੱਖਿਆ ਦਾੜ੍ਹਾ ਵੀ ਰੱਖਿਆ ਤੇ ਉਹ ਰਾਧਾ ਰਾਧਾ ਕਰਦੇ ਨੇ ਨਾ ਉਹਨੂੰ ਪੂਜਦੇ ਨੇ ਉਹ ਪ੍ਰਮਾਤਮਾ ਨੂੰ ਰਾਧਾ ਨਾਮ ਲੈ ਕੇ ਪੂਜਦੇ ਨੇ ਮੰਨ ਲਓ ਉਹ ਸਿਰਫ ਪ੍ਰਮਾਤਮਾ ਦਾ ਹੀ ਨਾਮ ਲੈਂਦੇ ਨੇ ਹੂੰ ਉਹ ਮਾੜੇ ਥੋੜਾ ਉਹ ਹਿੰਦੂ ਹਣ ਭਾਵੇਂ ਉਹ ਜੋ ਮਰਜੀ ਹੋਣ ਹਾਂ ਸਹੀ ਗੱਲ ਪਰ ਉਹ ਸ ਰੱਬ ਨਾਲ ਜੋੜ ਰਹੇ ਨੇ ਹਾਂ ਠੀਕ ਹੈ ਪ੍ਰਮਾਤਮਾ ਨਾਲ ਜੋੜ ਰਹੇ ਨੇ ਕਿਸੇ ਵੀ ਧਰਮ ਦਾ ਆਵੇ ਤੇ ਕਈ ਵਾਰੀ ਵੀਡੀਓ ਦੇਖੀ ਦੀਆਂ ਬੜੇ ਸਿੱਖ ਜਾਂਦੇ ਨੇ ਉਹਦਾ ਗਿਆਨ ਹੈ ਨਾ ਜਿਹੜਾ ਜਗਉਣਿਆ ਜਾਂ ਗਿਆਨ ਹੈ ਹਾਂਜੀ ਦੇ ਕਿਤੇ ਉਹ ਵੀ ਲੋਕ ਜਿੱਥੋਂ ਮਿਲਦਾ ਹੂੰ ਜੇ ਮੰਨ ਲਓ ਹਣ ਕਈ ਗੁਰੂ ਮਾਰੇ ਦੀਆਂ ਬਾਣੀਆਂ ਜਿਹੜੀ ਦਸਮ ਦੀ ਬਾਣੀ ਗੁਰਗੋਬ ਸਿੰਘ ਜੀ ਉਹ ਕਈ ਫਾਰਸੀ ਚ ਹਾਂਜੀ ਫਾਰਸੀ ਕੌਣ ਸਿਕਾਊਗਾ ਮੁਸਲਮਾਨ ਹੀ ਸਿਕਾਊਗਾ ਨਾ ਤੇ ਉਹਨੂੰ ਗੁਰੂ ਧਾਰਨਾ ਪੈਣਾ ਸੰਸਕ੍ਰਿਤ ਉਹ ਬ੍ਰਾਹਮਣ ਸਿਕਾ ਸਕਦਾ ਹੈ ਹੋਰ ਤੇ ਨਹੀਂ ਕੋਈ ਸਿਕਾਉ ਫਿਰ ਉਹਨੂੰ ਜਾਣਾ ਪੈਣਾ ਇਹ ਤਾਂ ਜੇ ਤੁਸੀਂ ਈਰਖਾ ਕਰੋਗੇ ਤੇ ਤੁਸੀਂ ਕੁਝ ਨਹੀਂ ਕਰ ਸਕਦੇ ਹਾਂ ਇਸ ਸਾਰੀ ਗੱਲ ਪ੍ਰੇਮ ਦੀ ਹੈ ਜਿਨ ਪ੍ਰੇਮ ਕੀਆ ਤਨੇ ਹੀ ਪ੍ਰਭ ਪਾਇਓ ਜਿਨੇ ਰੱਬ ਨਾਲ ਜਿਨੇ ਪਿਆਰ ਕੀਤਾ ਉਹਨੂੰ ਰੱਬ ਮਿਲਣਾ ਹੈ ਜਿਨੇ ਪਿਆਰ ਨਹੀਂ ਕੀਤਾ ਪ੍ਰੇਮ ਨਹੀਂ ਕਰਦਾ ਉਹਨੂੰ ਰੱਬ ਨਹੀਂ ਮਿਲਣਾ ਤੇ ਪ੍ਰੇਮ ਉਹ ਹੁੰਦਾ ਵੀ ਹਰ ਕਿਸੇ ਤਨ ਪਰਮਾਤਮਾ ਦਿਖੇ ਭਾਵੇਂ ਕੋਈ ਵੀ ਹੋਵੇ ਉਹ ਜਦਨ ਰੱਬ ਦੇਖਣਾ ਚਾਹੀਦਾ ਵੀ ਇਹ ਰੱਬ ਹੈ ਫੇਰੀ ਉਹ ਅਵਸਥਾ ਬਦਲਦੀ ਹੈ ਇਹ ਗੱਲ ਹੈ ਜੀ ਆ ਜੇ ਤੁਸੀਂ ਬਾਣੀ ਪੜ੍ਹੋਗੇ ਤੁਹਾਨੂੰ ਪਤਾ ਲੱਗੇਗਾ ਇਨਸਾਨ ਮਾੜਾ ਨਹੀਂ ਆ ਇਹ ਰੱਬ ਬਣਾ ਦੇ ਰੱਬ ਬਣਿਆ ਨਾ ਫਿਰ ਰੱਬ ਦੇ ਗੱਲ ਚਲ ਗਈ ਮਾਰੇ ਤੂੰ ਬੰਦਾ ਗਲਤ ਬਣਾਦਾ ਉਹ ਕਦੀ ਗਲਤ ਨਹੀਂ ਕਰ ਸਕਦਾ ਪਰਮਾਤਮਾ ਕਦੀ ਕੁਝ ਗਲਤ ਨਹੀਂ ਕਰਦਾ ਉਹ ਦੇਖ ਇੱਥੇ ਪਤਾ ਵੀ ਨਹੀਂ ਹਿੱਲਦਾ ਹੁਣ ਮੈਂ ਕਈ ਪੰਜਾਬ ਪੁਲਿਸ ਵਾਲਿਆਂ ਦੇ ਵੀਡੀਓ ਆਈਆਂ ਪਿੱਛੇ ਜੇ ਹਾਂਜੀ ਉਹ ਹੁਣ ਆਫੀਸਰ ਸੀ ਉਹ ਨਾ ਤੇ ਮੀ ਪੈਂਦਾ ਸੀ ਉਹਦੇ ਪੈਰ ਵਿਚਾਰੇ ਤੇ ਗਲਗੇ ਸੀ ਪਰ ਉਹ ਆਪਣੀ ਡਿਊਟੀ ਦੇ ਰਿਹਾ ਹੈ ਕਿੰਨੇ ਚੰਗੇ ਕਰਮ ਉਹਨੇ ਕਮਾਏ ਹੋਣਗੇ ਵੀ ਉਹ ਮੀ ਵਰਦੀ ਸੇਵਾ ਕਰਦਾ ਪਿਆ ਹੂੰ ਇਹ ਇਹ ਵੀ ਇਨਸਾਨ ਕੋਈ ਵੀ ਨਹੀਂ ਮੜਾ ਕੋਈ ਇਨਸਾਨ ਨਹੀਂ ਮੜਾ ਕਿਉਂਕਿ ਸਾਰੇ ਇਨਸਾਨ ਰੱਬ ਨੇ ਬਣਾਏ ਨੇ ਫਿਰ ਰੱਬ ਗਲਤੀ ਥੋੜਾ ਕਰੂਗਾ ਹਾਂਜੀ ਹਨਾ ਸਹੀ ਗੱਲ ਕਿਉਂਕਿ ਉਹਨਿਆਂ ਨੂੰ ਬਣਾਇਆ ਹੈ ਆਕਾਲ ਪੁਰਖ ਨੇ ਉਹ ਗਲਤੀ ਨਹੀਂ ਕਰ ਸਕਦਾ ਅਹੀਂ ਗਲਤੀਆਂ ਕਰੀ ਜਾਂਦੇ ਆਪਣੇ ਜਿਹੜਾ ਟੀਚਰ ਹੈ ਨਾ ਉਹ ਇੱਕੋ ਹੀ ਆ ਉਹ ਪਰਮਾਤਮਾ ਅਹੀਂ ਸਟੂਡੈਂਟ ਆ ਸਟੂਡੈਂਟ ਕਿਦਾਂ ਦਾਦੂਗਾ ਵੀ ਟੀਚਰ ਗਲਤ ਹੈ ਜਿੰਨੀ ਚਿਰ ਆਪਾਂ ਸਿੱਖਦੇ ਰਵਾਂਗੇ ਆਪਾਂ ਗਰੋ ਕਰਾਂਗੇ ਹਾਂਜੀ ਹਰ ਗੱਲ ਦੇਖੋ ਸਿੱਖੋ ਕਿਉਂਕਿ ਜੇ ਕਿਸੇ ਵਿੱਚ ਅਫਗੁਣ ਨੇ ਉਹ ਨਹੀਂ ਦੇਖਣੇ ਗੁਣ ਦੇਖੋ ਜੇ ਅਫਗੁਣ ਦੇਖੋਗੇ ਉਹ ਤੁਹਾਡੇ ਅੰਦਰ ਆ ਜਾਣਗੇ ਗੁਣ ਦੇਖੋ ਦੇ ਅੰਦਰ ਗੁਣ ਕੀ ਅਫਗੁਣ ਛੱਡ ਦਿਓ ਗੁਣ ਲੈ ਲਓ ਹਾਂਜੀ ਗੁਣ ਹਰ ਕਿਸੇ ਚ ਹੁੰਦੇ ਨੇ ਮੈਂ ਭਾਵੇਂ ਕੋਈ ਵੀ ਆਪਣੇ ਚ ਬਸ ਸਿੱਖਦਾ ਰਵੇ ਬੰਦਾ ਪੂਰੀ ਜ਼ਿੰਦਗੀ ਇਦਾਂ ਹੀ ਆ ਜੀ ਹੁਣ ਅਬਦੁਲ ਕਲਾਮ ਮੁਸਲਮਾਨ ਹਾਂ ਮੈਨੂੰ ਦੋ ਵਾਰੀ ਅਵਾਰਡ ਮਿਲਿਆ ਉਹਦੇ ਤੋਂ ਹੈਨਾ ਤੇ ਉਹ ਬਹੁਤ ਚੰਗਾ ਇਨਸਾਨ ਸੀ ਬਹੁਤ ਹੀ ਚੰਗਾ ਜਿੰਨੇ ਮਰਜੀ ਉਹਦੇ ਗੁਣ ਗਲ ਉਹਨੇ ਘੱਟ ਨੇ ਹਾਂਜੀ ਹਾਂਜੀ ਹੈਗਾ ਉਹ ਮੁਸਲਮਾਨ ਹੁਣ ਕਈ ਜੋ ਮਰਜੀ ਗਈ ਜਾਣ ਮੈਨੂੰ ਪਰਵਾਹ ਨਹੀਂ ਆਪਾਂ ਨੂੰ ਕੀ ਦੀ ਆਈ ਉਹਨਾਂ ਮਿਲੇ ਹਨ ਨਿੱਜੀ ਤੌਰ ਤੇ ਉਧਰ ਕਾ ਬੰਦੇ ਨਹੀਂ ਹੋਏ ਕੋਈ ਮੈਂ ਤਾਂ ਦੀ ਫੋਟੋ ਵੀ ਵੇਖੀ ਸੀਗੀ ਤਾਂ ਹਾਂਜੀ ਤੇ ਇਦਾਂ ਹੁੰਦਾ ਹੈ ਵੀ ਮਲਾਪ ਹੋਣੇ ਹੁੰਦੇ ਹੈ ਕਿ ਨਾ ਕਿਸੇ ਬਹਾਨੇ ਕਿਸੇ ਨਾ ਕਿਸੇ ਬਹਾਨੇ ਇਨਸਾਨ ਸਾਰੇ ਚੰਗੇ ਨੇ ਕੋਈ ਮਾੜਾ ਨਹੀਂ ਏਡਾ ਜਿੰਨੇ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਮਿਹਨਤ ਕੀਤੀ ਹੁੰਦੀ ਕਿਸੇ ਚੀਜ਼ ਚ ਹਾਂਜੀ ਤੇ ਉਹ ਉਹਦਾ ਸਭਾ ਹੀ ਦੰਦਾ ਕਿਉਂਕਿ ਉਹ ਕੁਝ ਨਾ ਕੁਝ ਸਿੱਖ ਕੇ ਜਿਵੇਂ ਤੁਸੀਂ ਕਹਿਆ ਨੌਲੇਜ ਲੈਂਦੇ ਰਹੋ ਲੈਂਦੇ ਰਹੋ ਫੇਰੀ ਉੱਥੇ ਪਹੁੰਚਦਾ ਹੈ ਇਦਾਂ ਹੀ ਹੈ ਜਿੱਦਾਂ ਵਕੀ ਹੈ ਇਹਦੇ ਕੋ ਮੈਂ ਡਾਈਟਲੀ ਇਹਨੂੰ ਪੁੱਛਿਆ ਸੀ ਇੰਸਟਾਗ੍ਰam ਤੇ ਸਾਡੇ ਘਰ ਪਹਿਲਾਂ ਮੁੰਡਾ ਜੀ ਉਹ ਕਹਿੰਦਾ ਵੀ ਇੱਕ ਭਾਈ ਆਪਣਾ ਪੰਜਾਬੀ ਹੈ ਬੜਾ ਤਕੜਾ ਹੈ ਹਾਂਜੀ ਬੋਡੀ ਬਿਲਡਰ ਹਾਂਜੀ ਉਹਦੋਂ ਨਹੀਂ ਜਾਣਦੇ ਕਿ ਕੇਸ ਕਦੋਂ ਜੀ ਉਹਦੇ ਹਾਂਜੀ ਤੇ ਅਸੀਂ ਕਿਹਾ ਵੀ ਉਹਦੇ ਉਹ ਵੇਖਿਆ ਸਾਨੂੰ ਯਾਰ ਬੜਾ ਤਗੜਾ ਬੰਦਾ ਹੈ ਸ਼ੇਰ ਹੀ ਹੈ ਐਡਾ ਤਗੜਾ ਤੇ ਕਾਫੀ ਟਾਈਮ ਬਾਅਦ ਮੈਂ ਇਹਨੂੰ ਮੈਸੇਜ ਕੀਤਾ ਹਾਂਜੀ ਇੰਸਟਾਗ੍ਰਾਮ ਦੇ ਉਦੋਂ ਇਹਨੇ ਫਿਰ ਮੈਨੂੰ ਡਾਈਟ ਵਗੈਰਾ ਭੇਜੀ ਤੀ ਪਰ ਇਹਨੇ ਪੈਸੇ ਨਹੀਂ ਲਏ ਹੂੰ ਕਿਉਂਕਿ ਮੈਂ ਨਹੀਂ ਜਾਣਦਾ ਵੀ ਕੀ ਸਿਸਟਮ ਹੈ ਤੇ ਉਹਨੂੰ ਜਦੋਂ ਕਾਫੀ ਟਾਈਮ ਬਾਅਦ ਉਹਨੇ ਮੈਨੂੰ ਕਿਹਾ ਵੀ ਮੈਂ ਉਹਨੂੰ ਪੁੱਛਦਾਂ ਰਿਹਾ ਵੀ ਭਈ ਆਪਣੇ ਪੈਸੇ ਦੱਸੋ ਹਾਂਜੀ ਤੇ ਉਹ ਜਵਾਬ ਨਹੀਂ ਦਿੰਦਾ ਹੁੰਦਾ ਹੈ ਤੇ ਉਹਨੇ ਵੀਰ ਗਿਆ ਵੀ ਸੇਵਾ ਕਰ ਦੋ ਮੈਂ ਠੀਕ ਹੈ ਜੀ ਤੇ ਉਹਨੇ ਬਾਅਦੋਂ ਮੈਨੂੰ ਜਦੋਂ ਉਹਦੇ ਕੋਈ ਕਰਮਜਗ ਨਹੀਂ ਹੋਣਗੇ ਉਹਨੇ ਮੈਨੂੰ ਕਿਹਾ ਭਾਈ ਮੈਂ ਤੁਹਾਡੇ ਨਾਲ ਗੱਲ ਕਰ ਸਕਦਾ ਮੈਨੂੰ ਆਪਣਾ ਨੰਬਰ ਦਵੋਗੇ ਤੁਸੀਂ ਤੇ ਮੈਂ ਦੇ ਦਿੰਦੇ ਹਾਂ ਗੱਲ ਕਰ ਲਾਂਗੇ ਉਹਨੇ ਵੀਰ ਜਿੱਦਾਂ ਗੱਲ ਕੀਤੀ ਨਾ ਉਹਨੇ ਇਤਿਹਾਸ ਦੀ ਗੱਲ ਕਰਨੀ ਸ਼ੁਰੂ ਕੀਤੀ ਤੇ ਉਹਦੇ ਵਿੱਚ ਮੈਨੂੰ ਹੋਇਆ ਵੀ ਯਾਰ ਇਹ ਬੰਦਾ ਮੈਨੂੰ ਕੁਝ ਨਾ ਕੁਝ ਇਤਿਹਾਸ ਚ ਪੋੜਾ ਇੱਕ ਦਿਨ ਚ 5 5 6 ਛਿਗਾਰੀ ਫੋਨ ਲਾਉਂਦਾ ਹੁੰਦਾ ਹੈ ਹਾਂਜੀ ਤੇ ਜਿੱਦਾਂ ਉਹਦੇ ਕਰਮ ਜਾਗ ਰਹੇ ਸੀ ਫਿਰ ਮੈਨੂੰ ਇਹ ਆ ਰਿਹਾ ਵੀ ਮੈਨੂੰ ਕੁਝ ਵੀ ਪੁੱਛ ਸਕਦਾ ਨਾ ਉਦੋਂ ਫਿਰ ਮੈਂ ਸ਼ੁਰੂ ਹੋ ਗਿਆ ਵੀ ਹੁਣ ਮੈਂ ਮਤਲਬ ਕੀ ਦੁੱਗਣੀ ਸਪੀਡ ਦੇ ਨਾਲ ਆਪਣੇ ਮਤਲਬ ਕੀ ਗ੍ਰੰਥ ਬਾਰੇ ਜਾਨਣਾ ਆਪਣੇ ਇਤਿਹਾਸ ਬਾਰੇ ਜਾਨਣਾ ਤੇ ਚਲੋ ਜਿੰਨਾ ਮਾਰੇ ਕੋਈ ਜਨਾਂ ਦੇ ਉਹਨਾਂ ਹੀ ਜਾਣ ਸਕਦੇ ਆ ਉਹ ਫਿਰ ਮੈਂ ਪਰਸੋਨ ਨਾਲ ਪਿਆ ਪੜਨ ਨਾਲ ਪਿਆ ਬਾਣੀ ਉਹਨੇ ਪੁੱਛਣਾ ਤੇ ਮੈਂ ਦੱਸਣਾ ਤੇ ਫਿਰ ਇਦਾਂ ਕਿਰਪਾ ਹੋ ਗਈ ਉਹਦੇ ਨਾਲ ਪਿਆਰ ਪੈ ਗਿਆ ਨਾ ਫਿਰ ਉਹਨੇ ਕਿਉਂਕਿ ਜਦੋਂ ਰੋਜ਼ ਇੰਨਾ ਫੋਨ ਕਰੇ ਕੋਈ ਉਹਨਾਂ ਗੱਲ ਹੁੰਦੀ ਰਵੇ ਪ੍ਰੇਮ ਪੈ ਜਾਂਦਾ ਤੇ ਇਦਾਂ ਫਿਰ ਮੈਂ ਉਹਨੂੰ ਇਹ ਕਰੀ ਸਿੱਖੀ ਲਗਾ ਮੈਂ ਵੀ ਤੂੰ ਤੇਰਾ ਪ੍ਰੇਮ ਆ ਉਹਨੂੰ ਮੈਂ ਜਿੱਦਾਂ ਸ਼ੀਦੀ ਬਾਗ ਬਾਰੇ ਵੀ ਦੱਸਦਾ ਰਿਆਂ ਸਿੰਘਾਂ ਬਾਰੇ ਦੱਸਦਾ ਰਿਆਂ ਹਾਂਜੀ ਉਦੋਂ ਕਿਉਂਕਿ ਉਹ ਕਦੀ ਗਿਆ ਨਹੀਂ ਸੀ ਉਹਨੂੰ ਕੀ ਪਤਾ ਜੇ ਨਵਾਂ ਨਵਾਂ ਸੀਗਾ ਇੱਧਰ ਉਹਨੂੰ ਫਿਰ ਨਾ ਮੈਂ ਕਿਹਾ ਵੀ ਤੂੰ ਕੇਸ ਰੱਖ ਤੇ ਉਹ ਕਹਿੰਦਾ ਵੀ ਜਦ ਨਾਲ ਕੇ ਉਹ ਕਹਿੰਦਾ ਹੀ ਆ ਵੀ ਜਦੋਂ ਮੈਂ 50 55 ਤੂੰ ਭਾਜੀ ਉਦੋਂ ਰੱਖਾਂਗੇ ਕਰੀ ਹੋ ਜੀਏ ਹਈ ਫੈਮਿਲੀ ਆ ਨਾ ਤੇ ਮੈਂ ਠੀਕ ਆ ਉਹਦਾ ਗਿਆਨੀ ਸ਼ੇਰ ਸਿੰਘ ਨੂੰ ਸੁਣਦਾ ਸੀ ਤੇ ਮੈਂ ਉਹਨੂੰ ਕਿਹਾ ਵੀ ਤੂੰ ਇਦਾਂ ਕਰ ਵੀ ਉਹਨਾਂ ਨੂੰ ਜਾ ਕੇ ਤੂੰ ਮੇਲਾ ਉਹ ਵੀ ਅਮਰੀਕਾ ਰਹਿੰਦੇ ਨੇ ਹੂੰ ਉਹ ਰਹਿੰਦੇ ਦੂਰ ਇਹ ਰਹਿੰਦਾ ਨਿਊਯਾਰਕ ਉਹ ਇਧਰ ਸੈਟਲ ਵਾਲੇ ਪਾਸੇ ਰਹਿੰਦੇ ਅੱਛਾ ਇਹਨਾਂ ਭਾਈ ਵੀ ਉਹਨਾਂ ਨੂੰ ਮਿਲਿਆ ਨਹੀਂ ਜਾਣਾ ਦੂਰ ਰਹਿੰਦੇ ਨੇ ਹੂੰ ਤੇ ਮੈਂ ਕਿਹਾ ਵੀ ਕਲੋ ਮਹਾਰਾਜ ਦੀ ਕਿਰਪਾ ਹੋ ਗਈ ਤੇ ਤੈਨੂੰ ਆਪੇ ਮਿਲ ਲੈਣਾ ਉਹਨਾਂ ਨੇ ਹੂੰ ਉਹ ਅਡਾਈ ਤੇ ਇੱਕ ਸਿੰਘੀਆ ਭਾਈ ਆਪਣੇ ਉਹ ਸਿੰਘ ਸਾਹਿਬ ਕਹਿੰਦੇ ਉਹਨਾਂ ਦੇ ਚਰਨਜੀਤ ਹਨ ਤੇ ਬਾਬਾ ਚਰਨਜੀਤ ਸਿੰਘ ਨੇ ਉਹਨਾਂ ਨੂੰ ਨੰਬਰ ਦਿੱਤਾ ਇਹਨ ਅਗਿਆਨੀ ਸ਼ੇਰ ਸਿੰਘ ਜੀ ਦਾ ਮੇਰੀ ਪਹਿਲੋ ਗੱਲ ਹੁੰਦੀ ਰਹਿੰਦੀ ਉਹ ਕਹਿੰਦੇ ਬਾਬਾ ਜੀ ਵੀ ਉਹ ਨਾ ਨਿਊਯਾਰਕ ਗਏ ਨੇ ਹੂੰ ਉਹ ਵੀ ਨਿਊਯਾਰਕ ਰਹਿੰਦਾ ਤੇ ਉਹ ਵੀ ਨਿਊਯਾਰਕ ਰਹਿੰਦਾ ਉਹ ਜਿਹੜਾ ਉਹਨਾਂ ਦੇ ਲਾਗੇ ਕੋਈ ਗੁਰਦਾਰਾ ਰਿਚਮੈਂਟ ਉੱਥੇ ਆਏ ਸੀ ਮੈਂ ਉਹਨੂੰ ਨੰਬਰ ਦਿੱਤਾ ਮੈਨੂੰ ਕਿਹਾ ਵੀ ਚੱਲ ਜਾ ਉਹ ਗਿਆ ਉਹ ਜਦੋਂ ਉਹ ਪਤਾ ਲੱਗਾ ਨਾ ਸੁਣਿਆ ਮਿਲਿਆ ਉਹ ਦਿਨ ਚ ਦੋ ਵਾਰੀ ਕਿ ਤਿੰਨ ਵਾਰੀ ਵਾਰ-ਵਾਰ ਜਾਣ ਲੱਪਿਆ ਉਹਨਾਂ ਨੇ ਵੀ ਕਿਰਪਾ ਹਗੀ ਉੱਤੇ ਉਹਦੇ ਫਿਰ ਦਿਮਾਲਾ ਚੜਾਤਾ ਤੇ ਦਿਮਾਲਾ ਚੜਾਤਾ ਸ਼ਸਤਰ ਦੇਤਾ ਉਸ ਤੋਂ ਬਾਅਦ ਫਿਰ ਉਹ ਇਦਾਂ ਰਹਾ ਫਿਰ ਉਹ ਜਦੋਂ ਗੁਰਦਰਸ਼ੀ ਦੀ ਬਾਗ ਗਿਆ ਮੈਨੂੰ ਦੱਸਦਾਂ ਨਾ ਸੀ ਉੱਥੇ ਦਾ ਐਂ ਤੇ ਸ਼ੁਰੂ ਤੋਂ ਜੁੜੇ ਆ ਉਹ ਜਦੋਂ ਉੱਥੇ ਗਿਆ ਨੇ ਵੇਖਿਆ ਸਿੰਘਾਂ ਨੇ ਪਿਆਰ ਹੀ ਬੜਾ ਕੀਤਾ ਫਿਰ ਉਹਦਾ ਵਾਪਸ ਘਰ ਜਾਨ ਨੂੰ ਜੀ ਨਹੀਂ ਕਰਦਾ ਏ ਇਦਾਂ ਕਰਕੇ ਵੇਖ ਲਓ ਵੀ ਜਿਹੜਾ ਬੰਦਾ ਸੋਚਦਾ ਸੀ ਵੀ ਮੈਂ 50 55 ਚ ਕਰੂੰਗਾ ਤੇ ਰੱਬ ਨੇ ਕਿੰਨੀ ਕਿਰਪਾ ਕੀਤੀ ਉਹਨੂੰ ਮਿੰਟੋ ਮਿੰਟ ਹੀ ਕਰਦਾ ਹਿਸਟਰੀ ਦੇ ਸੰਗਤ ਬਹੁਤ ਵੱਡੀ ਚੀਜ਼ ਹੈ ਸੰਗਤਾਂ ਉਹਦਾ ਪ੍ਰੇਮ ਪੈ ਗਿਆ ਨਾ ਸਿੰਘਾਂ ਨਾਲ ਜਦੋਂ ਸ਼ੀ ਦੀਪਾ ਗਿਆ ਉਦੋਂ ਉਹਨੂੰ ਜਮਾ ਹੀ ਮਤਲਬ ਕਿ ਉਹਨੂੰ ਪਤਾ ਹੀ ਨਹੀਂ ਜਿਹਨੇਗਾ ਸਿੰਘਾਂ ਬਾਰੇ ਜਮਾ ਹੀ ਉਹਨੇ ਵੇਖਿਆ ਪੀ ਯਾਰ ਇੰਨਾ ਪਿਆਰ ਕਰਦੇ ਨੇ ਤੇ ਹੁਣ ਉਹ ਜਦੋਂ ਵੀ ਇੰਡੀਆ ਜਾਂਦਾ ਉੱਥੇ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਜ਼ਰੂਰ ਜਾਂਦਾ ਹੈ ਕਰਮ ਨੇ ਉਹਦੇ ਕੋਈ ਕਮਾਈ ਉਹਨੇ ਕੀਤੀ ਹੋਈ ਮੈਂ ਵੀ ਸੰਤ ਜੀ ਬਾਰੇ ਜਦੋਂ ਪੜਿਆ ਸੀਗਾ ਤੇ ਬਹੁਤ ਜ਼ਿਆਦਾ ਮੈਨੂੰ ਹੁੰਦਾ ਸੀਗਾ ਕਿਉਂਕਿ ਇੰਨਾ ਚੀਜ਼ਾਂ ਚੋਣਨੀਆਂ ਇੰਨੀਆਂ ਚੀਜ਼ਾਂ ਵੇਖਣੀਆਂ ਜੋ ਜੋ ਉਹਨਾਂ ਨੇ ਕੀਤਾ ਸਾਰਿਆਂ ਲਈ ਹੈਨਾ ਹਾਂਜੀ ਹਾਂਜੀ ਸਾਰਾ ਆਪਣਾ ਕਿੰਨੀ ਕਮਿਊਨਿਟੀਜ਼ ਦੀ ਹੈਲਪ ਕੀਤੀ ਸੀਗੀ ਉਹਨਾਂ ਨੇ ਹੈਨਾ ਘਰ ਜਾ ਕੇ ਆਪ ਸਾਰਾ ਕੁਝ ਪੜ੍ਹ ਕੇ ਤੇ ਮੈਨੂੰ ਵੀ ਹੁੰਦਾ ਸੀ ਉਦੋਂ ਉਹੀ ਹਿਸਟਰੀ ਬਹੁਤ ਪਾਵਰਫੁਲ ਚੀਜ਼ ਹੈ ਮੈਂ ਸਿਰਫ ਉਹਨਾਂ ਬਾਰੇ ਪੜਿਆ ਜੇ ਸਾਰੀ ਹਿਸਟਰੀ ਆਪਾਂ ਪੜ੍ਹੀਏ ਤੇ ਕਿੰਨਾ ਦੇ ਦੇ ਅਸਰ ਕਰੂੰਗਾ ਹਿਸਟਰੀ ਬਹੁਤ ਵੱਡੀ ਇਹ ਸੇਵਾ ਹੁੰਦੀ ਹੈ ਤੁਸੀਂ ਜਿਵੇਂ ਦਲ ਵੀ ਹੁੰਦੇ ਨੇ ਹੈਨਾ ਮੈਨੂੰ ਇੰਨੀ ਨੌਲੇਜ ਨਹੀਂ ਹੈਗੀ ਕਿ ਕੀ ਹੁੰਦਾ ਹੈ ਮਤਲਬ ਦਲ ਕਿੰਨੂ ਕਹ ਦਿੰਦੇ ਆਪਾਂ ਦਲ ਇਦਾਂ ਆ ਭੀ ਜਿੱਦਾਂ ਮੇਨ ਹੈਗਾ ਬੁੱਢਾ ਦਲ ਓਕੇ ਉਹਨੂੰ ਚਾਰ ਤਖਤ ਨੇ ਆੜੇ ਹਾਂਜੀ ਤੇ ਉਹਨਾਂ ਦੀ ਰੱਖਿਆ ਲਈ ਸਾਰਾ ਕੋ ਲਈ ਪੰਜਵਾਂ ਤਖਤ ਗੁਰੂ ਅਰਜਨ ਸਿੰਘ ਸਾਹਿਬ ਮਾਰੇ ਨੇ ਜਿੱਦਾਂ ਬਾਬਾ ਬੁੱਢਾ ਸਿੰਘ ਬਾਬਾ ਬੁੱਢਾ ਸਿੰਘ ਜੀ ਸੀਗੇ ਆੜੇ ਚ ਬ੍ਰਹਮ ਗਿਆਨੀ ਹਾਂਜੀ ਤੇ ਉਹਨਾਂ ਨੂੰ ਫਿਰ ਉਹਨਾਂ ਨੇ ਵਰ ਦਿੱਤਾ ਸੀ ਆਪ ਜੀ ਦੇ ਨਾਮ ਤੋਂ ਦਲ ਚੱਲੇਗਾ ਗਵਾਲੀਅਰ ਦੇ ਕਿਲੇ ਤੋਂ ਹੀ ਉਹ ਫਿਰ ਬੁੱਢਾ ਦਲ ਆ ਉਹ ਪੰਜਵਾਂ ਤਖਤ ਤੇ ਉਹ ਪੰਥ ਆ ਉਹਨਾਂ ਦੀ ਤਾਬਿਆ 80 ਬਾਕੀ ਚੱਲਦੇ ਨੇ ਸਮੇ ਦੇ ਹਿਸਾਬ ਨਾਲ ਜਦੋਂ ਸਿੰਘ ਬਹੁਤ ਜ਼ਿਆਦਾ ਹੋ ਗਏ ਸੀ ਹਨਾ ਪਹਿਲਾਂ ਥੋੜੇ ਜਿਹਾ ਸਿੰਘ ਜ਼ਿਆਦੇ ਹੋ ਗਏ ਫਿਰ ਵੱਡਿਆਂ ਨੇ ਗੁਰਮੁਖਾਂ ਨੇ ਗੁਰਮਤਾ ਕੀਤਾ ਤੇ ਉਹਨਾਂ ਨੇ ਫਿਰ ਆਪਣੇ ਵਿੱਚੋਂ ਤਰਨਾ ਦਲ ਸਾਜਿਆ ਬੁੱਢਾ ਦਲ ਮਤਲਬ ਜਿਹੜੇ ਬਜ਼ੁਰਗ ਹੋਣ ਹਨ ਹਾਂਜੀ ਤਰਨਦਾਲ ਮਲੋ ਜਵਾਨ ਨੂੰ ਪਚੰਗੀ ਨੂੰ ਕਹਿ ਦਿੰਦੇ ਨੇ ਪਰ ਤਾਬਿਆਂ ਵਿੱਚ ਬੁੱਢੇ ਦਾਲ ਦੀ ਚੱਲਦੇ ਨੇ ਕਿ ਉਹ ਮੇਨ ਦਾਲ ਇਹੋ ਹੀ ਆ ਪੰਥੇ ਹੋਈ ਹੈ ਉਸ ਤੋਂ ਬਾਅਦ ਜਿੱਦਾਂ ਅ ਦਾਲ ਬਾਬਾ ਬੀਦੀ ਚੰਨ ਸਾਹਿਬ ਉਹ ਜਿਹੜੇ ਬਾਬਾ ਬੀਦੀ ਚੰਨ ਸਾਹਿਬ ਨੇ ਉਹਨਾਂ ਦੇ ਅਨਸਬੰਸ ਆ ਉਹਨਾਂ ਦਾ ਖੂਨ ਚੱਲਿਆ ਆ ਰਿਹਾ ਗਾੜੀ ਉਹਨਾਂ ਦੇ ਘਰੋਂ ਹੀ ਆ ਰਿਆ ਨਾ ਇਦਾਂ ਕਰਕੇ ਇਹ ਦਾਲਿਆ ਬੜੇ ਹੁਣ ਜੁੜੇ ਨੇ ਕੋਈ ਤਰਨਦਾਲ ਨਾਲ ਜੁੜਿਆ ਕੋਈ ਬੁੱਢਾ ਦਾਲ ਨਾਲ ਜੁੜਿਆ ਇਹ ਜੁੜਨਾ ਪੈਂਦਾ ਹੈ ਇਹਨਾਂ ਨਾਲ ਜੇ ਇਹਦੇ ਨਿਹੰਗ ਸਿੰਘ ਬੰਨਾਂ ਤੇ ਜੁੜਨਾ ਪੈਣਾ ਕਿਉਂਕਿ ਜੇ ਇਹਨਾਂ ਨਾਲ ਜੁੜੋਗੇ ਨਹੀਂ ਇਹਨਾਂ ਦੇ ਵਿਚਰੋ ਵਿਚਰੋਗੇ ਨਹੀਂ ਫਿਰ ਤੁਹਾਨੂੰ ਅਸਲੀਅਤ ਨਹੀਂ ਪਤਾ ਲੱਗਣੀ ਵੀ ਰਈ ਦਾ ਕਿੱਦਾਂ ਆ ਕਿਉਂਕਿ ਇਹਨਾਂ ਤੋਂ ਸਿੱਖਣ ਨੂੰ ਮਿਲਣਾ ਨਾ ਤੁਹਾਨੂੰ ਸੇਵਾ ਸਿਮਰਨ ਇਤਿਹਾਸ ਬੜੀਆਂ ਚੀਜ਼ਾਂ ਨੇ ਜਿਹੜੀਆਂ ਗੁਪਤ ਨੇ ਜਿਹੜੀਆਂ ਤੁਹਾਨੂੰ ਨਿਹੰਗਾ ਸਿੰਘਾਂ ਤੋਂ ਹੀ ਮਿਲ ਸਕਦੀਆਂ ਨੇ ਉਹ ਇਹਨਾਂ 'ਚ ਰਹਿਣਾ ਪੈਣਾ ਜੇ ਉਦੋਂ ਇਹਨਾਂ 'ਚ ਵਿਚਰੋਗੇ ਨਹੀਂ ਉਦੋਂ ਪਤਾ ਹੀ ਨਹੀਂ ਲੱਗਣਾ ਵੀ ਇਸ ਹੁੰਦਾ ਕੀ ਆ ਬੜੀਆਂ ਰਹਿਤਾਂ ਨੇ ਜਿਹੜੀਆਂ ਨਹੀਂ ਪਤਾ ਸਾਨੂੰ ਉਹ ਮਤਲਬ ਇਹ ਅਸਲੀਅਤ ਆ ਜੋ ਇਹ ਕਰਦੇ ਨੇ ਉਹ ਅਸੀਂ ਫਿਰ ਕਰਨਾ ਹੁੰਦਾ ਅੱਛਾ ਇਹਨਾਂ ਤੋਂ ਹੀ ਸਿੱਖਣਾ ਤੇ ਇਹਨਾਂ ਦੀ ਕੀ ਸੇਵਾ ਹੁੰਦੀ ਆ ਕੀ ਕਰਨਾ ਹੁੰਦਾ ਇਹਨਾਂ ਨੇ ਇਹ ਸਾਰਾ ਦਿਨ ਜਿੱਦਾਂ ਵੀ ਗੁਰੂ ਘਰ ਹੀ ਰਹਿੰਦੇ ਆ ਗੁਰਦਾਰੇ ਜੀ ਇਹ ਕਦੀ ਘਰ ਨਹੀਂ ਜਾਂਦੇ ਦੁਨੀਆਂ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਜਿੱਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਚੱਲਦਾ ਸੀਗਾ ਪੰਥ ਜੋ ਮਹਾਰਾਜ ਕਰਦੇ ਸੀ ਉਦਾਂ ਹੀ ਕਰਦੇ ਨੇ ਗੁਰੂ ਘਰ ਦੀਆਂ ਸੇਵਾ ਗੁਰੂ ਘਰ ਦੇ ਘੋੜੇ ਸਾਹਮਣੇ ਸਾਰਾ ਕੁਝ ਹਨਾ ਦਿਨ ਰਾਤ ਸੇਵਾ ਕਰਨੀ ਨੰਗੇ ਪੈਰ ਰਹਿੰਦੇ ਆ ਚਪਲਾਵ ਨਹੀਂ ਪਉਂਦੇ ਠੰਡੋ ਵੇ ਕਰਮੀ ਹੋਵੇ ਇਤਨੇ ਹੀ ਰਹਿੰਦੇ ਆ ਠੀਕ ਨਿਗੇ ਨਿਗੇ ਪਚੰਗੀ ਮਤਲਬ ਕੀ ਆ ਜਾਂਦੇ ਜਿਨ੍ਹਾਂ ਦੇ ਮਾਪਿਓ ਦੀ ਬੱਚੇ ਨਹੀਂ ਹੁੰਦੇ ਜਿਹੜੇ ਵੱਡੇ ਜਿਹੇਦਾਰ ਹੁੰਦੇ ਨੇ ਮਹਾਪੁਰਖ ਉਹ ਅਰਦਾਸ ਕਰਦੇ ਨੇ ਹਾਂਜੀ ਤੇ ਉਹ ਫਿਰ ਕਈ ਕਹਿ ਦਿੰਦੇ ਹਾਂ ਵੀ ਆਡੇ ਅਈ ਆ ਪਚੰਗੀ ਤੁਹਾਨੂੰ ਆਪਣਾ ਬੱਚਾ ਉਹਨੂੰ ਪਚੰਗੀ ਕਹਿੰਦੇ ਨੇ ਅਈ ਗੁਰਦਾਰੀ ਚੜਾ ਦਾਂਗੇ ਸੇਵਾ ਕਰੇਗਾ ਉਹ ਫਿਰ ਦਲਚੀ ਰਹਿਦਾ ਹੂੰ ਤੇ ਜੋ ਦਲ ਦਾ ਸਾਰਾ ਦਿਨ ਸੇਵਾ ਸਿਮਰਨ ਤੇ ਜਿੱਦਾਂ ਚੱਲਦਾ ਪੜ੍ਹਾਈ ਵੀ ਹੁੰਦੀ ਆ ਸਾਰਾ ਕੁਝ ਸਿਖਾਉਂਦੇ ਨੇ ਅੱਛਾ ਸਾਰਾ ਕੁਝ ਸਾਰਾ ਕੁਝ ਕੀਰਤਨ ਰਾਗ ਵਿਦਿਆ ਬਾਣੀ ਪੜ੍ਹਨੀ ਗ੍ਰੰਥੀ ਕਥਾਵਾਚਕ ਸਾਰਾ ਕੁਝ A to Z ਸਿਖਾਉਂਦੇ ਨੇ ਸਾਰਾ ਕੁਝ ਮਹਾਪੁਰਖਾਂ ਨੇ ਮਤਲਬ ਬਣਾਇਆ ਅਕੈਡਮੀਆ ਬਣਾਈਆਂ ਸਕੂਲ ਬਣਾਏ ਸਭ ਕੁਝ ਬਣਿਆ ਤੇ ਵਾਰ ਵਗੈਰਾ ਸਾਰਾ ਅਭਿਆਸ ਵੀ ਕਰਾਉਂਦੇ ਨੇ ਗਤਕਾ ਸਿਖਾਉਂਦੇ ਨੇ ਸ਼ਸਤਰ ਵਿਦਿਆ ਸਿਖਾਉਂਦੇ ਨੇ ਸ਼ਸਤਰਾਂ ਦੀ ਸੇਵਾ ਕਿੱਦਾਂ ਕਰਨੀ ਉਹ ਸਿਖਾਉਂਦੇ ਨੇ ਘੋੜਸਵਾਰੀ ਕਿਦਾਂ ਕਰਨੀ ਉਹ ਸਿਖਾਉਂਦੇ ਇਹਦਾ ਹੋਲਾ ਮੱਲਾ ਹੁੰਦਾ ਹੈ ਹਾਂਜੀ ਹਾਂਜੀ ਉਹਦੇ ਵਿੱਚ ਸਾਰੇ ਆਪਣੇ ਫਿਰ ਜੋਰ ਵਿਖਾਉਂਦੇ ਨੇ ਦਾ 6-6 ਘੋੜਿਆਂ ਤੇ 8-8 ਘੋੜਿਆਂ ਦੇ ਹਾਂਜੀ ਤੇ ਉਹ ਸਾਰਾ ਕੁਝ ਸਿਖਾਇਆ ਜਾਂਦਾ ਅਭਿਆਸ ਕਰਦੇ ਨੇ ਤੁਸੀਂ ਯੂਥ ਨੂੰ ਕੋਈ ਚੀਜ਼ ਦੱਸਣਾ ਚਾਹੋਗੇ ਸਾਊਥ ਏਸ਼ੀਅਨ ਕਮਿਊਨਿਟੀ ਜਿਹੜੀ ਆਪਣੀ ਇੱਥੇ ਆਂਦੀ ਹੈ ਕਈ ਲੜਾਈਆਂ 'ਚ ਫਸੇ ਹੋਏ ਆ ਕਈ ਕੰਮ 'ਚ ਫਸੇ ਹੋਏ ਆ ਹਾਂਜੀ ਕਈ ਇਧਰ ਹੀ ਡਿਸਟਰੈਕਟ ਹੋਏ ਆ ਕੀ ਕਹਿਣਾ ਚਾਹੋਗੇ ਕੁਝ ਤੁਹਾਨੂੰ ਲੱਗਦਾ ਹੋਵੇ ਕਿ ਹਾਂ ਇਹ ਚੀਜ਼ ਮੈਂ ਦੱਸਣਾ ਚਾਹਾਂਗਾ ਅ ਜਿੱਦਾਂ ਮੈਂ ਕੋਈ ਇਥੇ ਮਤਲਬ ਕੀ ਆਪਣੇ ਫੋਲੋਅਰ ਫੈਨ ਵਧਾਉਣ ਤੇ ਆਇਆ ਨਹੀਂ ਇੰਸਟਾਗ੍ਰਾਮ ਟਿਕਟੋਕ ਦੇ ਮੇਨ ਓਹੀ ਆ ਵੀ ਮੈਨੂੰ ਇਸੇ ਗੱਲ ਦੀ ਖੁਸ਼ੀ ਵੀ ਮਾਰੇ ਨੇ ਸੇਵਾ ਦਿੱਤੀ ਸਿੰਘ ਸੱਜੋ ਹਾਂ ਤੇ ਬੜੇ ਲੋਕ ਨੇ ਜਦੋਂ ਮੈਂ ਕਿਤੇ ਵੀ ਮਾਲ ਚ ਜਾਂ ਕਿਤੇ ਗ੍ਰੋਸਰੀ ਲੈਣ ਜਾਈਏ ਇੱਥੇ ਤੇ ਬੜੇ ਬੋਰਨ ਸਿੰਘ ਨੇ ਮੈਨੂੰ ਕੋਸਕੋ ਮਿਲੇ ਨੇ ਜਿਹੜੇ ਗਿੰਦੇ ਵੀ ਤੁਹਾਨੂੰ ਦੇਖਦੇ ਸੀ ਉਹ ਮੈਨੂੰ ਕੀ ਦੇਖਣਾ ਹੁੰਦਾ ਵਿਖਾਉਣ ਤੇ ਗੁਰਗੋਬਿੰਦ ਸਿੰਘ ਮਾਰੇ ਆ ਇਹਦਾ ਰੱਬ ਹੈ ਨਾ ਹਾਂ ਹਾਂ ਉਹਦੀ ਤੇ ਇੱਕ ਚੀਜ਼ ਵੇਖੋ ਕਰਦਾ ਉਹ ਆ ਪਰ ਨਾਮ ਉਹ ਕਿਸੇ ਇਨਸਾਨ ਦਾ ਲਵਾ ਦਿੰਦਾ ਆਪਣਾ ਨਾਮ ਨਹੀਂ ਕਦੀ ਲਾਂਦਾ ਹਾਂ ਜਰੀਆ ਬਣਾਇਆ ਗੁਰੂ ਮਾਰੇ ਨੇ ਸੇਵਾ ਦਿੱਤੀ ਹੈ ਤੇ ਮੈਨੂੰ ਉਹ ਚੀਜ਼ ਨਾ ਮੇਰੀ ਰੂਹ ਦੀ ਖੁਰਾਕ ਆ ਫੇ ਆ ਯਾਰ ਸਿੰਘ ਸੱਜ ਗਿਆ ਵਾ ਖੁਸ਼ੀ ਹੋਈ ਮਾਰੇ ਕਿਰਪਾ ਹੋ ਗਈ ਚਲੋ ਇਸ ਜਨਮ ਵਿੱਚ ਕੋਈ ਚਾਜ ਦਾ ਕੰਮ ਹੀ ਕੀਤਾ ਤੇ ਕਰਾ ਉਹ ਰਿਹਾ ਤੇ ਇਹੋ ਹੀ ਆ ਵੀ ਇੰਸਟਾਗ੍ਰਾਮ ਤੇ ਵੀ ਤਾਂ ਇਹ ਰੀਲਾਂ ਪਾਈਦੀਆਂ ਆ ਪੋਸਟ ਪਾਈਦੀ ਹੈ ਕਿ ਤੂੰ ਬਾਣੀ ਨਾਲ ਜੁੜੋ ਬਾਣੀ ਨਾਲ ਜੁੜੋ ਆਪਣੇ ਧਰਮ ਦਾ ਡਟ ਕੇ ਪ੍ਰਚਾਰ ਕਰੋ ਤੇ ਜੰਗੇ ਬਣ ਕੇ ਰਹੋ ਤੇ ਵਧੀਆ ਜਿਮ ਵਗੈਰਾ ਲਾਓ ਫਿੱਟ ਰਹੋਗੇ ਹਨਾ ਤੇ ਲੋਕੀ ਆਪਣੇ ਕਈ ਪੰਜਾਬੀ ਮੋਸਟਲੀ ਪੰਜਾਬੀ ਆਪਣੇ ਕੀ ਕਰਦੇ ਆ ਮਾਨ ਕਰਦੇ ਆ ਕਿ ਹਾਂ ਅਸੀਂ दारू ਬਹੁਤ ਪੀ ਲੰਨੇ ਆ ਤੇ ਇਦਾਂ ਕਰਕੇ ਉਹ ਰਿਪਰੈਜ਼ੈਂਟ ਹੋਇਆ ਪਿਆ ਕਿ ਹਾਂ ਪੰਜਾਬੀ ਬਹੁਤ ਜ਼ਿਆਦਾ दारू ਪੀ ਲੰਦੇ ਹਨ ਸਾਨੂੰ ਸਟਰੈਂਥ ਵਧਾਣੀ ਚਾਹੀਦੀ ਹੈ ਸਾਡੇ ਬਜ਼ੁਰਗ ਵਾਰੀਅਰਸ ਰਹੇ ਨੇ ਹਨਾ ਤੇ ਸਾਨੂੰ ਹੋਣਾ ਚਾਹੀਦਾ ਕਿ ਹਾਂ ਆਪਾਂ ਜਿੰਮ ਜਾਈਏ ਆਪਾਂ ਆਪਣੀ ਜਿਹੜੀ ਸਟਰੈਂਥ ਆ ਉਹ ਵਧਾਈਏ ਸਾਨੂੰ ਇਹ ਚੀਜ਼ ਜਦੋਂ ਆਪਾਂ ਕਿਸੇ ਨੂੰ ਕਹੀਏ ਕਿ ਹਾਂ ਮੇਰੇ ਜੇ ਇੰਨੀ ਜਾਣ ਹਾਂਜੀ ਹੈਨਾ ਇਹ ਬਈ ਮੇਨ ਚੀਜ਼ ਆ ਨਾ ਜਿਹੜੀ ਇਹ ਬਾਲੀਵੁੱਡ ਨੇ ਬੇੜਾ ਕਰਕੇ ਕੀਤਾ ਤੇ ਉਹਨਾਂ ਨੂੰ ਪਤਾ ਨਹੀਂ ਸੀ ਤੇ ਆਪਣੇ ਜਿਹੜੇ ਸਿੰਘ ਨੇ ਉਹਨਾਂ ਨੇ ਉਦੋਂ ਉਹਨਾਂ ਨੂੰ ਨੱਥ ਪਾਈ ਹੁੰਦੀ ਉਹਨਾਂ ਨੂੰ ਪਤਾ ਲੱਗਦਾ ਨਾ ਜਿਦਾਂ ਉਹਨੇ ਪੱਗਾਂ ਹੋਰੀ ਤਰ੍ਹਾਂ ਕਰਤੀਆਂ ਉਹ ਬੱਲੇ ਬੱਲੇ ਉਹ ਬਰਾ ਇਦਾਂ ਕਰ ਗਿਆ ਨਾ ਤੇ ਇਹ ਖਾਨ ਦੇ ਬੜੇ ਸ਼ਕੀਨ ਹੁੰਦੇ ਨੇ ਇਹ ਦਾਰੂ ਬੜੀ ਪੀਂਦੇ ਨੇ ਜਿਹੜਾ ਮੂਰਖ ਬੰਦਾ ਉਹ ਸੋਚਦਾ ਵੀ ਇੰਦਾ ਹੀ ਚੰਗੇ ਲੱਗਦੇ ਆ ਹਾਂ ਰਾਈਟ ਪਰ ਇੰਦਾ ਹੀ ਚੰਗੇ ਨਹੀਂ ਲੱਗਦੇ ਉਹ ਅਡੇ ਧਰਮ ਦਾ ਸਭ ਬੇੜਾ ਕਰਕ ਕਰ ਰਹੇ ਨੇ ਤੇ ਇਹ ਗੱਲ ਅੱਜ ਵੀ ਦੀ ਡੇਟ ਦੇ ਵਿੱਚ ਕੋਈ ਵੀ ਹੁੰਦਾ ਜੇ ਉਹ ਕੋਈ ਗੱਲ ਕਰਦਾ ਹਨ ਅੱਜ ਲੋਕ ਬਹੁਤ ਜਾਗਰੂਤ ਹੋ ਚੁੱਕੇ ਨੇ ਹਾਂ ਠੀਕ ਹੈ ਜੀ ਸੰਤ ਜਰਨੈਲ ਸਿੰਘ ਜੀ ਤੋਂ ਬਾਅਦ ਬੜੇ ਲੋਕਾਂ ਨੂੰ ਬੜਾ ਕੋਈ ਪਤਾ ਲੱਗ ਗਿਆ ਹਣ ਲੋਕ ਖੜਦੇ ਨੇ ਹਣ ਹਣ ਜਿੱਦਾਂ ਆ ਇੱਕ ਹਿੰਦੂਆਂ ਦਾ ਬੜਾ ਬਵਾਦ ਚੱਲਦਾ ਸੀ ਹਣ ਇੱਕ ਫਿਲਮ ਬਣੀ ਆ ਨਾ ਉਹਦੇ ਵਿੱਚ ਉਹਨਾਂ ਨੇ ਭਗਵਾਨ ਭਗਵਾਨ ਹਨੂਮਾਨ ਦਾ ਕਿਰਦਾਰ ਕਿੰਨਾ ਮਾੜਾ ਉਖਾਇਆ ਪੀ ਕਿੰਨੀ ਮਾੜੀ ਗਾ ਚਲੋ ਹਨੂਦ ਅਈਂ ਹਾੜੇਲੀ ਅਈਂ ਤਰਮੀਂ ਹਣ ਦੁੱਖ ਹੁੰਦਾ ਪੀ ਯਾਰ ਇੱਕ ਭਗਵਾਨ ਇੱਕ ਹਨੂਮਾਨ ਭਗਵਾਨ ਇੰਨਾ ਜੱਪ ਤਪ ਸੀ ਉਹਦਾ ਉਹਨੂੰ ਤੇ ਕੀ ਕਵਾਰੇ ਕਿੱਦਾਂ ਦੀ ਲੈਂਗੁਏਜ ਯੂਜ਼ ਕਰਵਾਇ ਬਹੁਤ ਮਾੜੀ ਆ ਨਾ ਇਹ ਵੀ ਇਹ ਗਲਤ ਗੱਲ ਆ ਜਿਨੇ ਸਾਰੇ ਉਮਰ ਰਾਮ ਰਾਮ ਜਪਿਆ ਹੋਵੇ ਉਹਨੂੰ ਕੀ ਬੁਲਾ ਰਹੇ ਆ ਇਹ ਹਰ ਕਿਤੇ ਹੋਣਾ ਚਾਹੀਦਾ ਸਿੱਖਾਂ ਨੂੰ ਇਹ ਚਾਹੀਦਾ ਆ ਬਾਲੀਵੁੱਡ ਵਾਲੇ ਪਾਲੀਵੁੱਡ ਵਾਲੇ ਕਦੀ ਵੀ ਕਹਿਣ ਭਾਈ ਹੁਣ ਲੋਕ ਕਹਿ ਦਿੰਦੇ ਨੇ ਮੁੰਡਾ ਪਹਿਲੇ ਬਜ਼ੁਰਗ ਮੁੰਡਾ ਨਹੀਂ ਕਹਿ ਦਿੰਦੇ ਨੇ ਮੁੰਡਾ ਮਤਲਬ ਮੁੰਡਨ ਹੋਇਆ ਜਿਹਦੇ ਸਿਰ ਮੁੰਨਿਆ ਹੋਵੇ ਸਰਦਾਰ ਸੂਰਮਾ ਯੋਧਾ ਇਦਾਂ ਬੁਲਾਉਂਦੇ ਨੇ ਜਿਸ ਜਨੇ ਕੇਸ ਰੱਖਿਆ ਹੁਣ ਹੁਣ ਜਿਨੇ ਕੇਸ ਰੱਖਿਆ ਹੁਣ ਜਾਂ ਦਮਾਲਾ ਬੰਨਿਆ ਹੋਵੇ ਨਿਹੰਗ ਸਿੰਘ ਹੋਵੇ ਉਹਨੂੰ ਮੁੰਡਾ ਕਹਿ ਦਿੰਦੇ ਆ ਪੜਾਈ ਨੂੰ ਸਭ ਭੁੱਲ ਗਏ ਨੇ ਹਾਂ ਬੀਬੀਆਂ ਪਹਿਲੋ ਚੁੰਨੀ ਲੈ ਕੇ ਰਹਾ ਦਿੰਦੇ ਸੀ ਸਿਰ ਤੇ ਨਾ ਸਿਰ ਤੇ ਚੁੰਨੀ ਜੋ ਲੈਂਦੀ ਲਾਉਂਦੀ ਹੁੰਦੀ ਸੀ ਜਦੋਂ ਘਰ ਵਾਲਾ ਮਰ ਗਿਆ ਹੋਵੇ ਹਾਂਜੀ ਹੁਣ ਤੇ ਵੇਖੋ ਚੁੰਨੀ ਦਾ ਪਤਾ ਹੀ ਨਹੀਂ ਕੋਈ ਕੇਸ ਹੀ ਨਹੀਂ ਟੱਕਦਾ ਉਹ ਉਹੀ ਗੱਲ ਨਾ ਵੀ ਮਤਲਬ ਕਿ ਪਤਾ ਤਾਂ ਹੀ ਨਹੀਂ ਹੈ ਕਿਉਂਕਿ ਉਹ ਬਾਣੀ ਨਹੀਂ ਪੜਦੇ ਗੁਰੂ ਨਾਲ ਜੁੜੇ ਨਹੀਂ ਹੈ ਜਿਹੜਾ ਉਪਟ ਚੁਕੇ ਨੇ ਤੇ ਹੁਣ ਉਹ ਫਿਰ ਮਤਲਬ ਕਿ ਉਹ ਵਿਖਾਵਾ ਇੱਕ ਹੂੰ ਦੁਖੀ ਬਹੁਤ ਨੇ ਪਰ ਉਹ ਲੋਕ ਹੂੰ ਬਹੁਤ ਦੁਖੀ ਨੇ ਇਹ ਲਿਓ ਭਟਕਦੇ ਨੇ ਕਦੀ ਕਿਸੇ ਬਾਬੇ ਕੋ ਜਾਂਦੇ ਕਦੀ ਕਿਸੇ ਕੋ ਜਾਂਦੇ ਕਦੀ ਕੋਈ ਕਰਦੇ ਆ ਸੁਖ ਫੇਰ ਵੀ ਨਹੀਂ ਪੈਸੇ ਬਰਬਾਦੀ ਆ ਉਹ ਸਦਾ ਭਰ ਹੋਊਗੀ ਉਹਨਾਂ ਦੇ ਨਿਆਣੇ ਮਾੜੇ ਨਿਕਲਉਂਦੇ ਗਾੜੀ ਤੇ ਉਹ ਹੀ ਆ ਜਿਹੜਾ ਵੀ ਆਪਣੇ ਧਰਮ ਕਿਸੇ ਵੀ ਧਰਮ ਦਾ ਹੋਵੇ ਆ ਨਾ ਤੇ ਉਹ ਆਪਣੇ ਧਰਮ ਤੋਂ ਜੇ ਬੇਮੁਖ ਹੋ ਗਿਆ ਉਹਨੂੰ ਸੁਖ ਨਹੀਂ ਆਉਣਗੇ ਦੁੱਖ ਹੀ ਆਉਣਗੇ ਜੋ ਮਰਜੀ ਕਰੀਏ ਆਪਣੇ ਧਰਮ ਨਾਲ ਜੁੜੋ ਚੰਗੀਆਂ ਚੀਜ਼ਾਂ ਨੂੰ ਸਮਝ ਕੇ ਉਹਨੂੰ ਪ੍ਰਾਊਡ ਫੀਲ ਕਰੋ ਹਾਂਜੀ ਇਦਾਂ ਹੀ ਆ ਜੀ ਤੇ ਹਾਂ ਆਪਾਂ ਇਦਾਂ ਆਪਾਂ ਇਦਾਂ ਰਹਿਣਾ ਮੈਂ ਜਿਵੇਂ ਪ੍ਰਾਊਡ ਫੀਲ ਕਰਦਾ ਮੈਂ ਰਾਜਪੂਤ ਆ ਹਾਂ ਤੇ ਮੈਂ ਉਦਾਂ ਰਹਿਣਾ ਵੀ ਆਪਣਾ ਜਮ ਲਾਨਾ ਆ ਚਾਹੀਦਾ ਬਾਬੇ ਦੀ ਕਿਰਪਾ ਨਾਲ ਜਿੰਨੀ ਥੋੜੀ ਬਹੁਤੀ ਜਾਣ ਨਹੀ ਨਹੀ ਚਾਹੀਦਾ ਭੈਗੀ ਮਾੜੀ ਚੀਜ਼ਾਂ ਨਹੀਂ ਕਰਦੇ ਕਿਸੇ ਨਾਲ ਜੇ ਕੁਝ ਮਾੜਾ ਉਹਨਾਂ ਤੇ ਬੋਲਦੇ ਆ ਸਭ ਚੀਜ਼ਾਂ ਉਹ ਚੀਜ਼ਾਂ ਆਪਣੀ ਉਹ ਚੀਜ਼ਾਂ ਪ੍ਰਾਊਡ ਕਰੋ ਇਹ ਨਹੀਂ ਕਿ ਆ ਪੰਜ ਚੀਜ਼ ਕਰ ਲੈਨੇ ਆ ਆ ਪੀ ਲੈਨੇ ਆ ਇਹਦਾ ਪ੍ਰਾਊਡ ਹੋਣਾ ਚਾਹੀਦਾ ਇਦਾਂ ਹੀ ਆ ਜੀ ਹੁਣ ਬਹੁਤ ਜਿਆਦੇ ਸਿੰਘ ਨੇ ਜਿਹੜੇ ਮਤਲਬ ਕਿ ਬਹੁਤ ਮੋٹے ਹੋ ਚੁੱਕੇ ਨੇ ਹਾਂ ਅਨ ਹੈਲਦੀ ਨੇ ਆ ਨਾ ਸਿੰਘਾਂ ਵਿੱਚ ਨਹੀਂ ਇਦਾਂ ਦਾ ਹਾਂ ਸਿੰਘ ਦੇ ਪਹਿਲਾਂ ਪੂਰੇ ਤਿਆਰ ਬਰ ਤਿਆਰ ਆ ਨਾ ਵੀ ਦੌੜ ਇੱਕ ਵਾਰੀਅਰ ਮਤਲਬ ਹਾਂ ਜੀ ਇਹ ਮਾਰੇ ਨੇ ਮਤਲਬ ਕਿ ਜੰਗੀ ਜੰਗ ਜੰਗਲੀ ਤਿਆਰ ਕਰਨ ਵਾਲੇ ਸੂਰਮੇ ਬਣਾਏ ਨੇ ਹਾਂ ਨਾ ਤੇ ਜਿੱਦਾਂ ਮਾਰੇ ਕਹਿੰਦੇ ਛਤਰੀ ਦੇ ਪੁੱਤ ਬਹਾਮਣ ਕੇ ਨਹੀਂ ਤੇ ਹੁਣ ਇਹ ਆ ਵੀ ਉਹਨਾਂ ਦੀ ਸੋਚ ਇਦਾਂ ਹੋ ਗਈ ਹੈ ਮੋٹے ਖਾ ਖਾ 버ਗਰ ਫਿੱਲੇ ਬੇੜਾ ਕਰ ਕੀਤਾ ਜੇ ਕਹਦੋ ਮਿਹਨਤ ਲਾਓ ਆਲਸੀ ਨੇ ਮਿਹਨਤ ਨਹੀਂ ਜੀ ਲੱਗਦੀ ਤੇ ਜਿਹੜੇ ਪੈਸੇ ਉਹ ਆਪਣੇ ਕੱਪੜਿਆਂ ਤੇ ਗੰਦਪੇਲ ਖਾਣ ਤੇ ਜਨਾਨੀ ਬਾਜੀ ਦੇ दारू ਤੇ ਇਹਨਾਂ ਦੇ ਖਰਦਮ ਕਰ ਰਹੇ ਨੇ ਉਹ ਹੀ ਆਪਣੇ ਸਰੀਰ ਤੇ ਲਾਓ ਕਿਉਂਕਿ ਜਿਹੜਾ ਸਰੀਰ ਹੈ ਨਾ ਬੰਦਾ ਜਿਹੜਾ ਬਜਾਰਾਤ ਹੋ ਜੇ ਉਹਨੂੰ ਕਦੀ ਪੁਛ ਕੇ ਵੇਖੋ ਤੇ ਨਾ ਕੀ ਭਾਵੇਂ ਕਿ ਦੀ ਕੋਈ ਭਾਈ ਅੱਜ ਇੱਕ ਗੱਲ ਹਰ ਕੋਈ ਬੰਦਾ ਆਂਦਾ ਮੈਂ ਬਿਜ਼ੀ ਐ ਕੋਈ ਕੇ ਦੀ ਸੇਵਾ ਨਹੀਂ ਕਰਦਾ ਹਾਂ ਜੇ ਕੋਈ ਬੰਦਾ ਮੰਨ ਲਓ ਬਹੁਤ ਜ਼ਿਆਦਾ ਮੋਟਾ ਐ ਉਹਨੂੰ ਕੋਈ ਵੀ ਰੋਗ ਹੋ ਗਿਆ ਉਹਦੀ ਕੇ ਨਹੀਂ ਸੇਵਾ ਨਹੀਂ ਕਰਨੀ ਇਹ ਲਈ ਸਰੀਰ ਐ ਨਾ ਤੇ ਸਭ ਕੁਝ ਤੇ ਤੰਦਰੁਸਤੀ ਮਾਰੇ ਨੇ ਦੇਣੀ ਪਰ ਇਹ ਜਿਦਾ ਇਹਨੂੰ ਨਾ ਆਪਣਾ ਇੱਕ ਮੰਦਰ ਇੱਕ ਟੈਂਪਲ ਸਮਝੋ ਸਰੀਰ ਨੂੰ ਇਹ ਕੋਈ ਡਸਟ ਵੀ ਨਹੀਂ ਵੀ ਗਾਰਬੇਜ ਆ ਦੇ ਇਹਦੇ ਵਿੱਚ ਜੋ ਆਇਆ ਛੁੱਟੀ ਗਏ ਮਾਈਂਡ ਕੰਟਰੋਲ ਹੀ ਨਾ ਆ ਜਾ ਬਸ ਹੋਊਗਾ ਜੇ ਤੇ ਗੁਰਬਾਣੀ ਪੜੋਗੇ ਕੰਟਰੋਲ ਹੀ ਹਾਂ ਇੱਕ ਟਾਈਮ ਲੱਗਦਾ ਹੈ ਇੱਕ ਮਤਲਬ ਕਦਮ ਚੁੱਕੋ ਤੇ 100 ਕਦਮ ਰੱਬ ਦਾ ਡੈਲ ਚੁਕੇਗਾ इवन ਕਿ ਇੰਡੀਅਨ ਆਰਮੀ ਚ ਆਪਣੇ ਮੋਸਟਲੀ ਸਿੱਖ ਨੇ ਇੱਕ ਸਿੱਖ ਰੈਜੀਮੈਂਟ ਵੱਖਰੀ ਬਣਾਈ ਵੱਖਰੀ ਬਣਾਈ ਉਹ ਜਿੱਥੇ ਤਾਂ ਉਹਨਾਂ ਚ ਪਾਵਰ ਹੋਊਗੀ ਸਿੱਖਾਂ ਚ ਸਿੱਖ ਜਿਹੜਾ ਡੀਐਨਏ ਆ ਤਾਂ ਕਰਕੇ ਵੱਖਰੀ ਬਣਾਈ ਹੈ ਰੈਜੀਮੈਂਟ ਇਦਾਂ ਹੀ ਹੈ ਜੀ ਉਹਨਾਂ ਨੂੰ ਭੇਜਦੇ ਆ ਜਿੱਥੇ ਮਤਲਬ ਬਹੁਤ ਲੱਗਦਾ ਹੈ ਕਿ ਔਖਾ ਟਾਸਕ ਇਦਾਂ ਹੀ ਹੈ ਰਾਈਟ ਥੋੜੇ ਜਿਹੀ ਇੰਨੀ ਜਾਣ ਕੇ ਵੀ ਮੈਂ ਇਹ ਵੀ ਮੈਂ ਪੁੱਛ ਹੀ ਲਵਾਂ ਚਲੋ ਐਂਡ ਜੀ ਪਈ ਮੈਨੂੰ ਉਹ ਤੇ ਬੈਂਚ ਪ੍ਰੈਸ ਕਿਦਾਂ ਤੁਸੀਂ ਮਤਲਬ ਇੰਨਾ ਟਾਈਮ ਵੀ ਨਹੀਂ ਹੋਇਆ ਤੁਹਾਨੂੰ ਲਾਉਣ ਦੇ ਨੂੰ ਹਨ ਮੈਂ ਪਾਵਰ ਲਿਫਟਿੰਗ ਪ੍ਰੋਗਰਾਮ ਦੇ 2 ਵੀਕ ਤੋਂ ਸਟਾਰਟ ਕੀਤਾ ਸੀ ਪਹਿਲਾਂ ਮੈਂ ਮਤਲਬ ਨਾਰਮਲ ਹੀ ਲਾਉਣਾ ਸੀ ਮੈਨੂੰ ਕੁਝ ਨਹੀਂ ਪਤਾ ਸੀ ਉਹਦੇ ਮੈਨੂੰ ਕਈਆਂ ਨੇ ਕਿਹਾ ਵੀ ਤੁਹਾਡੇ ਚ ਸਟਰੈਂਥ ਹੈਗੀ ਆ ਕਿਉਂਕਿ ਮੈਂ ਸਕਵਾਟ ਤੇ ਡੈਡ ਲਿਫਟ ਕਦੀ ਨਹੀਂ ਲਾਉਣਾ ਸੀ ਬੈਂਚ ਪ੍ਰੈਸ ਲਾਉਣਾ ਸੀ ਉਹ ਕਹਿੰਦੇ ਤੁਸੀਂ ਵੀਡੀਓ ਪਾਓ ਤੇ ਲੋਕ ਮਤਲਬ ਦੇਖਣਗੇ ਮੈਂ ਕਿਹਾ ਵੀ ਨਹੀਂ ਮੈਂ ਸ਼ੋਸ਼ੇ ਬਾਜ਼ੀਆਂ ਚ ਨਹੀਂ ਪੈਣਾ ਇਹ ਕੀ ਕੋਈ ਕੰਮ ਹੈ ਮਨੋ ਗਿਆ ਵੀ ਕੀ ਬਦਾ ਤੁਹਾਡੇ ਨਾਲ ਸਿੰਘ ਜੋੜਨ ਉਹ ਸਿੱਖੀ ਵਾਲਾ ਲਾਉਣ ਉਹ ਮੈਨੂੰ ਵਧੀਆ ਲੱਗਾ ਵੀ ਹਾਂ ਜੇ ਇਦਾਂ ਹੋ ਜੇ ਤੇ ਫਿਰ ਤੇ ਮੇਰੇ ਲਈ ਮਤਲਬ ਕੀ ਵਧੀਆ ਹੀ ਗੱਲ ਹੈ ਇਹ ਕੋਈ ਸਿੱਖ ਬਣ ਜੇ ਹਾਂਜੀ ਫਿਰ ਮੈਂ ਉਹਨਾਂ ਦੇ ਪਉਣਾ ਸ਼ੁਰੂ ਕਰਤਾ ਨਾ ਤੇ ਉਹ ਗੁਰੂ ਮਹਾਰਾਜ ਦੀ ਵਾਕਈ ਬਹੁਤ ਕਿਰਪਾ ਹੋ ਗਈ ਤੇ ਜਿੱਦਾਂ ਮੈਂ ਜਕਾਰਾ ਲਾ ਜਨਾ ਉਹਦੀ ਮੈਨੂੰ ਖੁਸ਼ੀ ਹੁੰਦੀ ਉਹ ਤੇ ਮੈਂ ਉਹਦੇ ਲਾਉਂਦਾ ਹਰ ਕਿਸੇ ਨਹੀਂ ਮੇਰਾ ਮਨ ਨਹੀਂ ਜੇ ਤਾਂ ਮਨ ਨਹੀਂ ਕਰਦਾ ਖੁਸ਼ੀ ਨਹੀਂ ਅੰਦਰ ਹੁੰਦੀ ਮੈਂ ਨਹੀਂ ਲਾਉਂਦਾ ਉਹ ਲੋਕਾਂ ਨੂੰ ਬੜਾ ਵਧੀਆ ਲੱਗਾ ਗੁਰ ਸਿੱਖੀ ਨਾਲ ਲੋਕੀ ਬਹੁਤ ਜੁੜੇ ਹਮੇਸ਼ਾ ਹੀ ਆਉਂਦੇ ਰਹਿੰਦੇ ਨੇ ਉਹ ਬਹੁਤ ਜਿਆਦਾ ਨਾ ਖੁਸ਼ੀ ਹੋਣ ਲੱਗ ਪਈ ਤੇ ਜਿਹੜੀ ਸਟਰੈਂਥ ਹੈ ਭਾਜੀ ਜਦੋਂ ਅਸੀਂ ਸ਼ੁਰੂ ਚ ਪਿੰਡ ਚ ਨਾ ਡੰਡ ਵਗੈਰਾ ਬਿਮਾਰਦੇ ਹੁੰਦੇ ਸੀ ਉਥੋਂ ਲਾ ਲਓ ਕੋਈ ਇਦਾਂ ਦਾ ਨੂੰ ਕੋਈ ਨੌਲੇਜ ਹੀ ਨਹੀਂ ਸੀ ਕਿ ਕੋਈ ਐਡਵਾਂਸ ਕੀਤਾ ਹੋਇਆ ਕੋਈ ਕਿਸੇ ਕੋਲ ਟ੍ਰੇਨਿੰਗ ਲਈਤੀ ਹੋਈ ਇਦਾਂ ਦਾ ਕੁਝ ਨਹੀਂ ਹੈ ਕੋਈ ਗੁਰੂ ਮਾਰੇ ਦੀ ਕਿਰਪਾ ਕੋਈ ਗੁਰਬਾਣੀ ਦਾ ਹੀ ਬਾਲਿਆ ਇਹ ਸੰਤਾਂ ਦੀ ਕਿਰਪਾ ਹੈ ਤੇ ਉਹ ਆਪੇ ਹੀ ਤਾਕਤ ਹੈ ਹੁਣ ਮਤਲਬ ਕਿ ਪ੍ਰੋਗਰਾਮ ਫੋਲੋ ਕਰਨਾ ਸ਼ੁਰੂ ਕੀਤਾ ਜੀ ਹਾਂਜੀ ਨਹੀਂ ਬਹੁਤ ਵਧੀਆ ਕਰਦੇ ਹੋ ਤੁਸੀਂ ਇਹਰਾ ਵੀ ਆਹੀ ਮੇਨ ਮੋਟਿਵ ਸੀ ਕਿ ਆਪਣੀ ਜਿਹੜੀ ਇੱਥੇ ਸਾਊਥ ਏਸ਼ੀਆਨ ਕਮਿਊਨਿਟੀ ਆਪਨੇ ਜਿਹੜੇ ਪੰਜਾਬੀ ਆ ਉਹਨਾਂ ਨੂੰ ਮੈਂ ਇੱਕ ਬੰਦਾ ਹੀ ਆ ਇੱਕ ਦੋ ਬੰਦਾ ਹੀ ਮੋਟੀਵੇਟ ਕਰ ਸਕਾਂ ਤੇ ਉਹੀ ਬਹੁਤ ਵਧੀਆ ਹੋਊਗਾ ਐਜੂਕੇਸ਼ਨ ਦੇ ਸਕਾਂ ਪਰ ਪਾਸੇ ਭਾਜੀ ਮਾਡਰਨ ਹੋ ਗਏ ਬੰਦੇ ਨਾ ਲਿਵਾਸ ਪਿੱਛੇ ਮਾਡਰਨ ਉਬਾਲਾਂ ਪਿੱਛੇ ਮਾਡਰਨ ਬੇਸਿਕ ਨਹੀਂ ਹੈਗਾ ਫਿਟਨੈਸ ਜੇ ਤੁਸੀਂ ਵੇਖੋਗੇ ਨਾ ਕਿ ਜੇ ਨਵੀ ਬੇਸਿਕ ਜੇ ਤੁਹਾਡੇ ਸਟਰੋਂਗ ਨਹੀਂ ਆ ਤੁਸੀਂ ਕੁਝ ਨਹੀਂ ਕਰ ਸਕਦੇ ਤੁਹਾਡੀ ਉਹ ਮਤਲਬ ਕੀ ਇੱਕ ਬਾਡੀ ਦਾ ਸਟਰਕਚਰ ਨਹੀਂ ਬਣਨਾ ਉਹ ਤੁਹਾਡੀ ਜੇ ਸਟਰੈਂਥ ਨਹੀਂ ਆਉਣੀ ਬੇਸਿਕ ਸਟਰੋਂਗ ਕਰੋ ਹਰ ਕੋਈ ਬੰਦਾ ਜੇ ਮੰਨ ਲਓ ਅੱਜ ਆਪਣੇ ਕੋਈ ਕੋਈ ਕਲਾਇੰਟ ਆਉਂਦਾ ਨਾ ਉਹਨੂੰ ਆਪਾਂ ਕਹਿ ਦਵੋ ਕਹਿੰਦਾ ਭਾਈ ਤੁਸੀਂ ਪੈਸੇ ਲੈ ਰਹਿਆਂ ਨੂੰ ਕੋਈ ਮਾਡਰਨ ਜੀ ਚੀਜ਼ ਦੱਸੋ ਕੋਈ ਇਦਾਂ ਹੋ ਜੇ ਕੋਈ ਉਹ ਮਸ਼ੀਨ ਤੇ ਦੱਸੋ ਕੇ ਤਾਂ ਸਾਨੂੰ ਕਰ ਲਓ ਉਹ 4 ਦਿਨ ਦੇ ਸ਼ੋਸ਼ੇ ਨੇ ਜੇ ਉਹ ਤੱਕ ਤੁਸੀਂ ਡੰਡ ਨਹੀਂ ਮਾਰਦੇ ਬੈਠਕਾ ਨਹੀਂ ਮਾਰਦੇ ਪੁਲਪ ਨਹੀਂ ਲਾਉਂਦੇ ਤੜਾ ਬੇਸ ਜਿਹੜਾ ਵਧੀਆ ਨਹੀਂ ਹੋਣਾ ਸਟਰੋਂਗ ਨਹੀਂ ਹੋਣਾ ਉਹ ਤਾਂ ਲਿਫਟ ਨਹੀਂ ਵਧਣੀ ਉਹ ਜਿਹੜੀ ਤੁਹਾਡੇ ਮਸਲ ਦੀ ਡਵੈਲਪਮੈਂਟ ਹੋਣੀ ਨਹੀਂ ਉਦਾਂ ਦੀ ਜੋ ਮਰਜੀ ਕਰ ਲੋ ਲੋਕੀ ਕਹਿੰਦੇ ਕੰਪਾਉਂਡ ਐਕਸਰਸਾਈਜ਼ ਸਭ ਤੋਂ ਵਧੀਆ ਨੇ ਜਿੱਚ ਸਾਰੇ ਮਸਲ ਵਰਾਰੇ ਸਾਰੇ ਮਸਲਾਂ ਜੀ ਯਾ 2 ਤੋਂ 2 ਤੋਂ 3 ਤੋਂ ਵੱਧ ਮਸਲ ਵਰਕ ਕਰ ਰਹੇ ਜਿਹੜਾ ਬੰਦਾ ਭਾਈ ਮਤਲਬ ਕਿ ਪੁਸ਼-ਅਪ ਹੀ ਇੱਕ ਇੱਕ ਟਾਈਮ ਚ 100 ਮਾਰ ਰਿਹਾ 200 ਮਾਰ ਰਿਹਾ ਉਹਨੂੰ ਬੈਂਚ ਪ੍ਰੈਸ ਕੀ ਆਖੂਗੀ ਉਹਨੇ ਮਜੇ ਨਾ ਚੁੱਕ ਦੇਣੀ ਜਿਹੜਾ ਪੁਸ਼-ਅਪ ਹੀ 100 200 ਮਾਰ ਰਿਹਾ ਹਨ ਉਹਨੇ ਡੈੱਡ ਲਿਫਟ ਮਜੇ ਨਾ ਚੁੱਕ ਦੇਣੀ ਜਿਹੜਾ ਪੁਸ਼ਅ 225 ਲਾ ਰਿਹਾ ਉਹ ਤੋਂ ਉਹਨੇ ਕੀ ਕਰੂਗਾ ਅਣ ਉਹ ਗਾੜੀ ਕੀ ਉਹਦਾ ਮਤਲਬ ਹੈ ਉਹਦਾ ਬੇਸ ਹੀ ਨਹੀਂ ਸਟਰੋਂਗ ਹੈਗਾ ਜਿਹੜਾ ਡੰਡ ਮਾਰਦਾ ਬੈਟ ਕਾ ਮਾਰਦੇ ਨੇ ਕੀ ਪ੍ਰਵਾਨ ਉਹਦੇ 200 200 ਕਿਲੋ 220 200 ਕਿਲੋ ਇਦਾਂ ਹੀ ਚੁੱਕੇ ਜਾਂਦੇ ਨੇ ਕਿਉਂਕਿ ਉਹਨਾਂ ਦੇ ਜਿਹੜੇ ਮਜ਼ਬੂਤੀ ਬੇਸ ਸਟਰੋਂਗ ਹੈ ਤੇ ਲੋਕੀ ਬੇਸਿਕ ਚੀਜ਼ ਵੱਲ ਜਾਣਾ ਹੀ ਨਹੀਂ ਚਾਹੁੰਦੇ ਤੇ ਇਹ ਹੈ ਵੀ ਆਪਣੇ ਬੇਸ ਬੇਸਿਕ ਚੀਜ਼ ਨਾਲ ਜੁੜੋ ਜਿੰਨਾ ਤੁਹਾਡਾ ਬੇਸ ਬਹੁਤ ਜ਼ਿਆਦਾ ਸਟਰੋਂਗ ਹੋ ਜਾਏਗਾ ਵਾਕਈ ਟ੍ਰਾਈ ਕਰੋ ਰਿਜ਼ਲਟ ਜ਼ਰੂਰ ਆਉਣਗੇ ਜਿਹੜੀ ਬਾਡੀ ਦਾ ਸਟਰਕਚਰ ਹੀ ਬਦਲ ਜਾਏਗਾ ਸਟਰੈਂਥ ਵੀ ਗੇਨ ਹੋ ਗਈ ਬਹੁਤ ਜ਼ਿਆਦੀ ਹਮਮ ਅੱਜ ਵੀ ਮੈਂ ਮਤਲਬ ਕਿ ਡੰਡ ਬੈਠਕਾਂ ਤੇ ਪੁਲਅਪ ਮੈਂ ਰੋਜ਼ ਹੀ ਲਾਉਣਾ ਹੈ ਡੇਲੀ ਉਹਦੇ ਨਾਲ ਮਤਲਬ ਕਿ ਕਾਇਗ੍ਰੀਨ ਐਡਾ ਵੱਡਾ ਬੋਡੀ ਬਿਲਡਰ ਹੈ ਨਾ ਹਾਂਜੀ ਹਾਂਜੀ ਉਹਨੇ ਕਿਹਾ ਵੀ ਚੈਸਟ ਗੇਨ ਕਰਨੀ ਹੈ ਚੈਸਟ ਦਾ ਮਸਲ ਵੱਡਾ ਕਰਨਾ ਸਟਰੈਂਥ ਗੇਨ ਕਰਨੀ ਰੋਜ਼ ਉੱਠ ਕੇ ਮਾਰਨਿੰਗ ਤੋਂ ਹੀ ਡਿਪ ਉਹ ਲਾਉ ਡੰਡ ਮਾਰੂ ਹਾਂ ਅੱਛਾ ਉਹੀ ਤਾਂ ਜਿੰਨੇ ਤੇ ਪੁਸ਼-ਅਪ ਲਾ ਸਕਦੇ ਉਹਨੇ ਵਧੀਆ ਕਿਉਂਕਿ ਜਿਹੜਾ ਬੰਦਾ ਆਪਣੇ ਬਾਡੀ ਦਾ weight ਹੀ ਨਹੀਂ ਚੁੱਕ ਪਾਰਿਆ ਉਹਨੇ ਦੂਜਾ weight ਕਿੱਥੋਂ ਚੁੱਕਣਾ ਹੈ ਮੈਨੂੰ ਲੋਕ ਕਹਿੰਦੇ ਕਿ dips ਜਿਵੇਂ ਮੈਂ ਹਰ ਵਾਰੀ tricep ਤੇ dips ਲੰਨਾ ਤੇ ਕੋਈ ਮੇਰੇ ਨਾਲ ਜਾ ਕੇ ਨਹੀਂ ਯਾਰ dips ਨਹੀਂ ਲੱਗਣੇ ਮੈਂ ਯਾਰ ਤੂੰ ਆਪਣਾ ਬਾਡੀ ਨਹੀਂ ਚੱਕ ਸਕਦਾ weight ਹੀ ਚੁੱਕੇਗਾ ਮੈਂ ਹੌਲਾ weight ਤੂੰ ਡੰਬਲ ਚੱਕ ਲੈਗਾ ਪਰ ਉਹਦਾ ਫਾਇਦਾ ਕੀ ਜੇ ਤੂੰ ਆਪਣਾ ਸ਼ਰੀਰ ਨਹੀਂ ਚੱਕ ਸਕਦਾ ਆਪ ਭਾਈ ਲਗਾਤਾਰ 1 ਮਹੀਨੇ ਪੁਸ਼-ਅਪ ਲਾਓ ਪੁਲ-ਅਪ ਲਾਓ ਡਿਪਸ ਲਾਓ ਤੇ ਆਪਣੀਆਂ ਡੰਡ ਬੈਠਕਾ ਮਾਰੋ ਰਿਜ਼ਲਟ ਵੇਖਿਓ ਹਾਂ ਦਾ ਮੈਂ ਇੰਡੀਆ ਹੀ ਕਰਦਾ ਸੀਗਾ ਜਿਮ ਜਾਂਦਾ ਹੀ ਨਹੀਂ ਸੀਗਾ ਇੰਡੀਆ ਹੀ ਤੇ ਹੁਣ ਤੱਕ ਕੋਈ ਸਟਰੈਂਥ ਆ ਜਦੋਂ ਨੰਬਰ ਲਾਵੇ ਉਹ ਘਟ ਜੂਗੀ ਸਾਲ ਬਾਅਦ ਪਰ ਜਿਹੜਾ ਤੁਸੀਂ ਡਿਪਸ ਹੀ ਡੰਡ ਲਾ ਰਹੇ ਹੋ ਤੁਹਾਡੀ ਸਦਾ ਬਾਹਰ ਜਾਣ ਸਦਾ ਬਾਹਰ ਇਹ ਤਾਂ ਹੀ ਜੋ ਤੱਕ ਪੁਰਜ਼ੇ ਚੱਲਦੇ ਹਾਂ ਹਾਂਜੀ ਇਦਾਂ ਹੀ ਬਹੁਤ ਜ਼ਿਆਦਾ ਵਧੀਆ ਲੱਗਿਆ ਬਾਬਾ ਜੀ ਤੁਹਾਡੇ ਨਾਲ ਗੱਲ ਕਰਕੇ ਸਿੱਖੀ ਜਮ ਬਾਰੇ ਦੇ ਹਿਸਟਰੀ ਬਾਰੇ ਜਿਹੜਾ ਪਤਾ ਲੱਗਾ ਉਹ ਬਹੁਤ ਜ਼ਿਆਦਾ ਵਧੀਆ ਲੱਗਿਆ ਉਹ ਸੁਣ ਕੇ ਧੰਨਵਾਦ ਇੱਥੇ ਆਣ ਲਈ ਧੰਨਵਾਦ ਤੁਹਾਡਾ ਹੀ ਨੇ ਸਦਿਆ ਹੀ ਨਹੀਂ 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 ਮੇਰਾ ਤਾਂ ਬੇਸਿਕਲੀ ਮੋਟਿਵ ਇਹੀ ਹੈ ਕਿ ਮੈਂ ਇਨਫੋਰਮੇਸ਼ਨ ਥੋੜੀ ਜੀ ਵੀ ਕਿਸੇ ਨੂੰ ਦੇ ਸਕਾਂ ਉਹ ਪਰ ਹਾਂਜੀ ਹਾਂਜੀ ਥੈਂਕ ਯੂ ਸੋ ਮਚ ਚਲੋ ਠੀਕ ਹੈ ਸਾਰਿਆਂ ਦਾ ਧੰਨਵਾਦ ਹੋਵੇ ਤੇ ਇਹੋ ਹੀ ਜਾਂਦੇ ਬੇਨਤੀ ਹੈ ਵੀ ਆਪਣੇ ਜਿਹੜੇ ਵੀ ਧਰਮ ਹੈ ਤੁਹਾਡਾ ਉਹਦੇ ਨਾਲ ਜੁੜੋ ਆਪਣੇ ਧਰਮ ਦਾ ਪ੍ਰਚਾਰ ਕਰੋ ਤੇ ਫਿਟਨੈਸ ਨਾਲ ਵੀ ਜੁੜੋ ਤੁਸੀਂ ਕਿਉਂਕਿ ਆਪਣੀ ਜੇ ਤੰਦਰੁਸਤ ਨਹੀਂ ਹੋਗਾ ਸਰੀਰ ਵਧੀਆ ਨਹੀਂ ਹੋਗਾ ਤੇ ਫਿਰ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਨਾ ਆਲਸੀ ਹੋ ਜਾਓਗੇ ਕੋਈ ਵੀ ਐਕਟੀਵਿਟੀ ਕਰੋ ਤੁਸੀਂ ਦੌੜ ਲਓ ਜਾਂ ਡੰਡ ਬੈਠਕਾ ਮਾਰ ਲਓ ਜਿਮ ਚਲਜੋ ਨਾ ਜਿੱਦਾਂ ਵੀ ਤੁਸੀਂ ਅਫੋਰਡ ਕਰ ਸਕਦੇ ਵਧੀਆ ਖਾਓ ਤੇ ਆਪਣੀ ਧਰਮ ਨਾਲ ਜੁੜੋ ਜਿਹੜੇ ਸਿੱਖ ਵੀਰ ਨੇ ਆਪਣੇ ਉਹ ਤੇ ਜ਼ਰੂਰ ਆਪਣੇ ਘਰੇ ਵਾਪਸ ਆਉਣ ਤੇ ਇਹਦੇ ਵਿੱਚ ਹੀ ਭਲਾ ਹੈ ਕੇਸਾ ਧਾਰਿਓ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਪਾ ਬੇਸਿਕਲੀ ਜੌਬ ਦੇ ਚੱਕਰ 'ਚ ਇੰਨਾ ਜ਼ਿਆਦਾ ਬਿਜ਼ੀ ਹੋ ਗਏ ਆ ਕਿ ਅੱਪਾ ਆਪਣੇ ਇਤਿਹਾਸ ਬਾਰੇ ਹੀ ਨਹੀਂ ਪੜ੍ਹਦੇ ਅੱਪਾ ਆਪਣੀ ਪੀੜ੍ਹੀਆਂ ਨੂੰ ਕੀ ਸਿਖਾਵਾਂਗੇ ਤੇ ਇੱਕ ਟਾਈਮ ਇਦਾਂ ਦਾ ਆਊਗਾ ਕਿ ਆਪਣੇ ਆਪ ਚੋਂ ਬਹੁਤ ਘੱਟ ਨੂੰ ਆਪਣਾ ਇਤਿਹਾਸ ਤੇ ਸਿੱਖੀ ਦੀ ਨੌਲੇਜ ਹੋਊਗੀ ਇਹ ਬਹੁਤ ਜ਼ਰੂਰੀ ਹੈ ਸਾਨੂੰ ਆਪਣੀ ਘੱਟ ਤੋਂ ਘੱਟ ਆਪਣੇ ਧਰਮ ਦੇ ਬਾਰੇ ਨੌਲੇਜ ਤਾਂ ਹੋਣੀ ਚਾਹੀਦੀ ਹੈ ਜਿੰਨਾਂ ਨੂੰ ਸਿੱਖੀਜ਼ਮ ਬਾਰੇ ਨੌਲੇਜ ਨਹੀਂ ਹੈਗੀ ਤੇ ਉਹਨਾਂ ਨੂੰ ਇਹ ਵੀਡੀਓ ਸ਼ੇਅਰ ਕਰੋ ਇਸ ਵੀਡੀਓ ਚ ਆਪਾਂ ਸਾਰੀ ਇਨਸਾਈਟਸ ਦਿੱਤੀਆਂ ਜਿੰਨੀਕ ਨੌਲੇਜ ਹੋ ਸਕੇ ਉਹ ਨਹੀਂ ਆਪਾਂ ਪ੍ਰੋਵਾਈਡ ਕੀਤੀ ਹੈ ਤੇ ਸ਼ੇਅਰ ਦਿਸ ਵੀਡੀਓ ਲਾਈਕ ਸਬਸਕ੍ਰਾਈਬ ਟੂ ਆਰ ਚੈਨਲ ਆਪਾਂ ਇਦਾਂ ਦੇ ਹੀ ਨੌਲੇਜੇਬਲ ਵੈਲਿਊਏਬਲ ਪੋਡਕਾਸਟ ਪਾਨੇ ਰਹਿਣੇ ਆ ਸੀ ਯੂ ਇਨ ਅ ਨੈਕਸਟ ਵੀਡੀਓ ਥੈਂਕਸ ਗਾਇਜ਼